ਸਤਿ ਸ੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਉਹ ਸਕੂਟਰ ਚਲਾ ਰਹੀ ਸੀ, ਸ਼ੀਸ਼ੇ 'ਚੋਂ ਦੇਖਿਆ ਤਾਂ ਇੱਕ ਚਿੱਟੀ ਫੋਰਚੂਨਰ ਕਦੋਂ ਦੀ ਉਸ ਦਾ ਪਿੱਛਾ ਕਰ ਰਹੀ ਸੀ। ਉਸ ਨੇ ਸਕੂਟਰ ਹੋਰ ਤੇਜ਼ ਕਰ ਲਿਆ ਤੇ ਅਚਾਨਕ ਮੋੜ ਤੇ ਉਸ ਦਾ ਸਕੂਟਰ ਕਿਸੇ ਹੋਰ ਗੱਡੀ ਨਾਲ ਟਕਰਾ ਗਿਆ। ਅਰਸ਼ ਦੀ ਇੱਕਦਮ ਅੱਖ ਖੁੱਲੀ। ਸਾਹਮਣੇ ਦਰਬਾਰ ਸਾਹਿਬ ਦੀ ਫੋਟੋ ਦੇਖ ਕੇ ਉਸਨੇ ਸ਼ੁਕਰ ਕੀਤਾ ਕਿ ਇੱਕ ਸੁਪਨਾ ਹੀ ਸੀ। ਸਵੇਰ ਦੇ 5:30 ਵਜੇ ਦਾ ਸਮਾਂ ਸੀ। ਗਰਮੀਆਂ ਦੇ ਦਿਨ ਸਨ। ਸੂਰਜ ਤਕਰੀਬਨ ਚਾੜੀ ਗਿਆ ਸੀ। ਅਜੇ ਤਾਂ ਅਰਸ਼ ਨੇ ਕਿੰਨਾ ਕੰਮ ਕਰਨਾ ਸੀ। ਰਸੋਈ ਦਾ ਕੰਮ ਵੀ ਬਾਕੀ ਸੀ, ਦਫ਼ਤਰ ਵੀ ਜਾਣਾ ਸੀ। ਉਹਨੇ ਕਾਹਲੀ ਨਾਲ ਸਾਰੇ ਕੰਮ ਮੁਕਾਏ ਤੇ ਦਫ਼ਤਰ ਜਾਣ ਲਈ ਤਿਆਰ ਹੋਈ। ਸਕੂਟਰ ਨੂੰ ਕਿੱਕ ਮਾਰੀ ਤਾਂ ਸਵੇਰ ਦਾ ਸੁਪਨਾ ਚੇਤੇ ਆ ਗਿਆ। ਉਹਨੇ ਰੱਬ ਦਾ ਨਾਂ ਲਿਆ ਤੇ ਚੱਲ ਪਈ। ਅਰਸ਼ ਨੂੰ ਕੰਮ ਕਰਦਿਆਂ ਘੰਟਾ ਬੀਤ ਚੁੱਕਿਆ ਸੀ। ਸਕਰੀਨ ਦੇ ਸਾਹਮਣੇ ਸਿੱਧੀ ਗਰਦਨ ਤੇ ਕੀਬੋਰਡ ਤੇ ਚੱਲਦੀਆਂ ਉਂਗਲਾਂ ਉਸਦੀ ਕੰਮ 'ਚ ਦਿਲਚਸਪੀ ਦਾ ਪੂਰਾ ਹੁੰਗਾਰਾ ਭਰ ਰਹੀਆਂ ਸਨ। ਸਵੇਰ ਦੇ 10 ਵਜੇ ਦੀ ਚਾਹ ਟੇਬਲ ਤੇ ਆ ਕੇ ਟਿਕ ਗਈ। ਚਾਹ ਦੀ ਸ਼ੌਕੀਨ ਅਰਸ਼ ਬਾਰੇ ਚਲੋ ਕੁਝ ਪਹਿਲਾਂ ਦੱਸ ਦਈਏ ਤਾਂ ਜੋ ਕਹਾਣੀ ਅੱਗੇ ਵਧੇ। ਅਰਸ਼ ਇੱਕ ਸਰਕਾਰੀ ਦਫ਼ਤਰ 'ਚ ਕਲਰਕ ਦੀ ਪੋਸਟ ਤੇ ਕੰਮ ਕਰਦੀ ਹੈ। ਦੇਖਣ ਨੂੰ ਉਹ ਕੋਈ 28-29 ਵਰ੍ਹਿਆਂ ਦੀ ਲੱਗਦੀ ਹੈ, ਪਰ ਅਸਲੀ ਉਮਰ ਨੂੰ ਅਜੇ ਵੀ ਧੋਖਾ ਦੇ ਰਹੀ ਹੈ ਕਿਉਂਕਿ ਅਸਲ 'ਚ ਉਹ 34-35 ਦੀਆਂ ਏ। ਰੰਗ ਬਹੁਤਾ ਸਾਂਵਲਾ ਵੀ ਨਹੀਂ ਤੇ ਨਾ ਹੀ ਬਹੁਤਾ ਗੋਰਾ। ਅੱਖਾਂ ਮੋਟੀਆਂ ਤੇ ਭੂਰੀਆਂ, ਚਿਹਰਾ ਗੋਲ ਤੇ ਗੁੰਦਵਾਂ ਸਰੀਰ, ਕੱਦ 5 ਫੁੱਟ 5 ਇੰਚ, ਟੇਢਾ ਚੀਰ ਕੱਢ ਕੇ ਸਿਰ ਵਾਹੁੰਦੀ, ਮੁੱਕ ਦੀ ਗੱਲ ਕੁੱਲ ਮਿਲਾ ਕੇ ਬਹੁਤ ਜੱਚਦੀ ਸੀ। ਜਿਹੜਾ ਵੀ ਕੋਈ ਇੱਕ ਵਾਰ ਤੱਕੇ ਤਾਂ ਦੁਬਾਰਾ ਤੱਕਣ ਨੂੰ ਜੀ ਕਰਦਾ। ਅਰਸ਼ ਵਿਆਹੀ ਹੋਈ ਹੈ ਤੇ ਨਾਲ ਹੀ ਇੱਕ 5-6 ਵਰ੍ਹਿਆਂ ਦੇ ਮੁੰਡੇ ਦੀ ਮਾਂ ਵੀ। ਪਤੀ ਦਾ ਆਪਣਾ ਕਾਰੋਬਾਰ, ਦੇਖਣ ਨੂੰ ਇੱਕ ਛੋਟੀ ਜਿਹੀ ਖੁਸ਼ਹਾਲ ਜ਼ਿੰਦਗੀ, ਪਰ ਇਸ ਜ਼ਿੰਦਗੀ ਨੇ ਆਪਣੇ ਅੰਦਰ ਕੀ ਕੁਝ ਲੁਕੋਇਆ ਹੋਇਆ। ਆਓ ਚੱਲ ਕੇ ਦੇਖਦੇ ਹਾਂ। ਟਕ ਟਕ, ਕਿਸੇ ਨੇ ਬਾਹਰੋਂ ਅੰਦਰ ਆਉਣ ਦੀ ਇਜਾਜ਼ਤ ਮੰਗੀ। ਹਾਂ ਜੀ, ਆ ਜਾਓ, ਅਰਸ਼ ਨੇ ਬਿਨਾਂ ਗਰਦਨ ਉੱਪਰ ਚੁੱਕੇ ਜਵਾਬ ਦਿੱਤਾ। ਇੱਕ 6 ਫੁੱਟ ਦਾ ਗੱਭਰੂ ਜਵਾਨ ਦਫ਼ਤਰ 'ਚ ਦਾਖਲ ਹੋਇਆ ਤੇ ਅਰਸ਼ ਦੇ ਸਾਹਮਣੇ ਪਈ ਕੁਰਸੀ ਤੇ ਆ ਕੇ ਬੈਠ ਗਿਆ। ਹਾਂਜੀ, ਦੱਸੋ। ਮੈਡਮ, ਇੱਕ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਡੈਥ ਸਰਟੀਫਿਕੇਟ, ਪਰ ਅਜੇ ਤੱਕ ਮਿਲਿਆ ਨਹੀਂ। 2 ਮਹੀਨੇ ਹੋ ਗਏ ਹੈ। ਹਾਂਜੀ, ਇੱਕ ਮਿੰਟ। ਅਰਸ਼ ਬੜੇ ਧਿਆਨ ਨਾਲ ਸਕਰੀਨ ਤੇ ਕੁਝ ਲੱਭਣ ਲੱਗੀ। ਜਿੰਨਾ ਚਿਰ ਉਹ ਲੱਭ ਰਹੀ ਸੀ ਉਹਨਾਂ ਚਿਰ ਉਹ ਗੱਭਰੂ ਜਵਾਨ ਉਸਨੂੰ ਬਿਨਾਂ ਅੱਖ ਝਪਕੇ ਦੇਖੀ ਜਾ ਰਿਹਾ ਸੀ। ਉਸ ਨੂੰ ਅਰਸ਼ ਬੜੀ ਸੋਹਣੀ ਲੱਗੀ। ਤੁਸੀਂ ਅਪਲਾਈ ਕਦੋਂ ਕੀਤਾ? ਜੀ, 2 ਮਹੀਨੇ ਹੋ ਗਏ। ਡੈਥ ਕਦੋਂ ਹੋਈ ਸੀ? ਜੀ, ਪਿਛਲੇ ਸਾਲ। ਫਿਰ ਤੁਹਾਨੂੰ ਲੇਟ ਕੇਸ ਦੀ ਫਾਈਲ ਅਪਲਾਈ ਕਰਨੀ ਹੋਵੇਗੀ, ਉਹ ਵੀ ਸੁਵਿਧਾ ਸੈਂਟਰ ਜਾ ਕੇ। ਇਸ ਤੋਂ ਬਾਅਦ ਫਾਈਲ ਦੀ ਪੜਤਾਲ ਹੋਵੇਗੀ ਤੇ ਫਿਰ ਤੁਹਾਨੂੰ ਸਰਟੀਫਿਕੇਟ ਜਾਰੀ ਹੋਵੇਗਾ। ਇਸ ਸਾਰੇ ਪ੍ਰੋਸੈਸਰ ਨੂੰ 15 ਕੁ ਦਿਨ ਲੱਗ ਜਾਣਗੇ। ਉਸ ਨੂੰ ਅਰਸ਼ ਦਾ ਜ਼ਿੰਮੇਵਾਰੀ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਾ। ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਸ ਗੱਭਰੂ ਜਵਾਨ ਨੇ ਅਰਸ਼ ਦਾ ਦਿਲੋਂ ਧੰਨਵਾਦ ਕੀਤਾ, ਪਰ ਅਰਸ਼ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਕਿਉਂਕਿ ਉਸਦਾ ਇਹ ਨਿੱਤ ਦਾ ਕੰਮ ਸੀ। ਪਰ ਉਸ 6 ਫੁੱਟ ਗੱਭਰੂ ਦਾ ਧਿਆਨ ਬਿਲਕੁਲ ਅਰਸ਼ ਵਿੱਚ ਸੀ। ਸਰਕਾਰੀ ਕੁਰਸੀ ਤੇ ਬੈਠੀ ਅਰਸ਼ ਉਸ ਨੂੰ ਬੜੀ ਸੋਹਣੀ ਲੱਗੀ। ਸਮਾਂ ਮੁੱਠੀ 'ਚੋਂ ਰੇਤ ਵਾਂਗ ਖਿਸਕਦਾ ਜਾ ਰਿਹਾ ਸੀ
ਤੇ ਜ਼ਿੰਦਗੀ ਪੋਲੇ ਪੋਲੇ ਪੈਰੀ ਲੰਘਦੀ ਜਾ ਰਹੀ ਸੀ। ਅਰਸ਼ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਰਹੀਆਂ ਸਨ। ਜ਼ਿੰਦਗੀ ਘਰ ਤੇ ਦਫ਼ਤਰ ਜੋਗੀ ਰਹਿ ਗਈ ਸੀ। ਇੱਕ ਕਾਲ ਜਿਹੀ ਪੈਦਾ ਹੋ ਗਈ ਸੀ, ਘਰ ਹੁੰਦੀ ਤਾਂ ਦਫ਼ਤਰ ਦੀ ਕਾਹਲੀ, ਜੇ ਦਫ਼ਤਰ ਹੁੰਦੀ ਤਾਂ ਘਰ ਜਾਣ ਦੀ। ਜ਼ਿੰਦਗੀ 'ਚੋਂ ਇੱਕ ਸਕੂਨ ਜਿਹਾ ਛੂ ਮੰਤਰ ਹੋ ਗਿਆ ਸੀ, ਪਰ ਫੇਰ ਵੀ ਉਹ ਚਿਹਰੇ ਤੇ ਕੋਈ ਸ਼ਿਕਨ ਨਾ ਆਉਣ ਦਿੰਦੀ। ਉਧਰ ਉਸ 6 ਫੁੱਟ ਗੱਭਰੂ ਨੂੰ ਆਪਣਾ ਕੰਮ ਕਰਨ ਦੀ ਕਾਹਲੀ ਸੀ। ਮੈਂ ਆਪਣੇ ਪਾਠਕਾਂ ਨੂੰ ਦੱਸਦਿਆਂ ਕਿ ਇਸ 6 ਫੁੱਟ ਗੱਭਰੂ ਦਾ ਨਾਮ ਮਨਿੰਦਰ ਹੈ, ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤ, ਪਰ ਉਸਦੇ ਮਾਂ ਬਾਪ ਇੱਕ ਸੜਕ ਹਾਦਸੇ 'ਚ ਦਮ ਤੋੜ ਗਏ ਸਨ। ਹੁਣ ਉਹ ਸਿਰਫ ਆਪਣੀ ਦਾਦੀ ਨਾਲ ਰਹਿੰਦਾ ਏ। ਮਨਿੰਦਰ ਦਾ ਵਿਆਹ ਵੀ ਹੋਇਆ ਸੀ, ਪਰ ਕਿਸੇ ਵਜ੍ਹਾ ਕਾਰਨ ਤਲਾਕ ਹੋ ਗਿਆ। ਰੰਗ ਸਾਂਵਲਾ, ਵਾਲ ਕੱਟੇ ਹੋਏ, ਕੱਦ 6 ਫੁੱਟ, ਚੌੜੀ ਛਾਤੀ, ਜਿਮ ਦਾ ਸ਼ੌਕੀਨ, ਪੈਸੇ ਟੁੱਕਰ ਦੀ ਉਸਨੂੰ ਕੋਈ ਕਮੀ ਨਹੀਂ, ਕਿਉਂਕਿ ਬਾਪ ਦਾਦੇ ਦੀ ਕਮਾਈ ਹੋਈ ਇੰਨੀ ਦੌਲਤ ਉਸੇ ਦੀ ਹੈ। ਤੰਗੀਆਂ ਤੁਰਸ਼ੀਆਂ ਕੀ ਹੁੰਦੀਆਂ ਨੇ, ਇਸ ਬਾਰੇ ਉਹ ਬਿਲਕੁਲ ਹੀ ਅਣਜਾਣ ਹੈ। ਸ਼ਾਹੀ ਠਾਟ ਨਾਲ ਰਹਿਣ ਉਸਨੂੰ ਪਸੰਦ ਹੈ। ਨਵੀਂ ਤੋਂ ਨਵੀਂ ਗੱਡੀ ਦਾ ਉਹ ਸ਼ੌਕੀਨ ਹੈ। ਡੈਥ ਸਰਟੀਫਿਕੇਟ ਮਿਲਣ ਤੇ ਮਨਿੰਦਰ ਦੇ ਕਚਹਿਰੀਆਂ ਦੇ ਕੰਮ ਕਾਫੀ ਹੋ ਗਏ। ਉਹਦੇ ਦਿਮਾਗ ਦੇ ਕਿਸੇ ਕੋਨੇ 'ਚ ਸੀ ਕਿ ਇੱਕ ਵਾਰੀ ਸਾਰੇ ਕੰਮ ਹੋ ਜਾਣ, ਉਹ ਦੁਬਾਰਾ ਮੈਡਮ ਨੂੰ ਜ਼ਰੂਰ ਮਿਲ ਕੇ ਆਵੇਗਾ। ਤਕਰੀਬਨ 1.5 ਮਹੀਨਾ ਬੀਤ ਜਾਣ ਮਗਰੋਂ ਮਨਿੰਦਰ ਅੱਜ ਫੇਰ ਦਫ਼ਤਰ 'ਚ ਹਾਜ਼ਰ ਹੋਇਆ। ਉਸਦੇ ਹੱਥ 'ਚ ਇੱਕ ਡੱਬਾ ਸੀ, ਇਹ ਖਾਸ ਉਹ ਅਰਸ਼ ਲਈ ਲੈ ਕੇ ਆਇਆ ਸੀ। ਉਸਨੇ ਉਹੀ ਦਰਵਾਜ਼ਾ ਖੜਕਾਇਆ, ਹਾਂਜੀ ਆ ਜਾਓ। ਅਰਸ਼ ਨੇ ਅੰਦਰੋਂ ਆਵਾਜ਼ ਮਾਰੀ। ਉਹ ਉਸੇ ਦਿਨ ਵਾਂਗ ਸਾਹਮਣੇ ਪਈ ਬੈਂਤ ਦੀ ਕੁਰਸੀ ਤੇ ਬੈਠ ਗਿਆ। ਮੈਡਮ, ਆ ਤੁਹਾਡੇ ਲਈ। ਇਹ ਕੀ ਹੈ? ਅਰਸ਼ ਨੇ ਬੜੀ ਹੈਰਾਨੀ ਭਰੀ ਆਵਾਜ਼ ਵਿੱਚ ਕਿਹਾ। ਇਹ ਡੱਬਾ ਏ, ਮੇਰਾ ਕੰਮ ਹੋ ਗਿਆ ਜੀ। ਅੱਛਾ ਅੱਛਾ, ਤੁਸੀਂ ਪਹਿਲਾਂ ਵੀ ਆਏ ਸੀ, ਆਈ ਥਿੰਕ ਡੈਥ ਸਰਟੀਫਿਕੇਟ ਲਈ। ਅਰਸ਼ ਨੇ ਮਨਿੰਦਰ ਨੂੰ ਪਛਾਣਦੇ ਹੋਏ ਕਿਹਾ। ਜੀ ਜੀ, ਬਟ ਇਟਸ ਲੁੱਕ ਲਾਈਕ ਸੋ ਸਟ੍ਰੇਜ, ਅਰਸ਼ ਨੇ ਹੈਰਾਨ ਹੁੰਦੀ ਨੇ ਅੰਗਰੇਜ਼ੀ ਵਿੱਚ ਕਿਹਾ। ਕੀ ਕੋਈ ਡੈਥ ਸਰਟੀਫਿਕੇਟ ਦਾ ਵੀ ਡੱਬਾ ਲੈ ਕੇ ਆ ਸਕਦਾ? ਅਰਸ਼ ਨੇ ਹੱਸਦੀ ਨੇ ਪੁੱਛਿਆ। ਨਹੀਂ ਜੀ, ਐਵੇਂ ਦੀ ਕੋਈ ਗੱਲ ਨਹੀਂ। ਅਸਲ 'ਚ ਇਹ ਮੌਤ ਦਾ ਅੱਜ ਵੀ ਮੈਨੂੰ ਓਨਾ ਹੀ ਦੁੱਖ ਹੈ ਜਿੰਨਾ 1.5 ਸਾਲ ਪਹਿਲਾਂ ਸੀ। ਅਸਲ 'ਚ ਮੇਰੇ ਜ਼ਮੀਨ ਦੇ ਮਸਲੇ ਕਾਫੀ ਹੱਲ ਹੋ ਗਏ ਨੇ, ਇਹ ਉਸੇ ਦੀ ਖੁਸ਼ੀ 'ਚ ਹੈ। ਚਲੋ ਠੀਕ ਹੈ, ਕੋਈ ਗੱਲ ਨਹੀਂ। ਰਾਮ ਸਿੰਘ, ਰਾਮ ਸਿੰਘ, ਅਰਸ਼ ਨੇ ਦਰਜਾ 4 ਮੁਲਾਜ਼ਮ ਨੂੰ ਹਾਕ ਮਾਰੀ। ਇਹ ਡੱਬਾ ਸਾਰੇ ਦਫ਼ਤਰੀ ਸਟਾਫ ਵਿੱਚ ਵੰਡ ਦਿਓ। ਜੀ ਮੈਡਮ। ਰਾਮ ਸਿੰਘ ਉਹ ਡੱਬਾ ਲੈ ਕੇ ਚਲਾ ਗਿਆ, ਪਰ ਮਨਿੰਦਰ ਨੂੰ ਗੁੱਸਾ ਆ ਰਿਹਾ ਸੀ ਕਿ ਸਿਰਫ ਉਹ ਅਰਸ਼ ਲਈ ਲੈ ਕੇ ਆਇਆ ਸੀ, ਪਰ ਉਹ ਕੁਝ ਬੋਲ ਨਾ ਸਕਿਆ। ਮੈਡਮ, ਤੁਸੀਂ ਕੰਮ ਟਾਈਮ ਸਿਰ ਕਰਾ ਤਾ, ਨਹੀਂ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਗੇੜੇ ਕੱਢਣੇ ਪੈਂਦੇ। ਮਨਿੰਦਰ ਨੇ ਚੁੱਪ ਤੋੜ ਕੇ ਗੱਲ ਅੱਗੇ ਜਾਰੀ ਕਰ ਦਿੱਤੀ। ਨੋਟ ਐਨ ਇਸ਼ੂ, ਇਟਸ ਮਾਈ ਡਿਊਟੀ। ਅਰਸ਼ ਉਸ ਨਾਲ ਗੱਲ ਕਰਨ ਦੇ ਮੂਡ ਵਿੱਚ ਨਹੀਂ ਸੀ। ਉਸਨੇ ਬਿਨਾਂ ਉਸ ਵੱਲ ਤੱਕੇ ਜਵਾਬ ਦਿੱਤਾ। ਉਹ ਰਜਿਸਟਰ ਤੇ ਕੁਝ ਲਿਖ ਰਹੀ ਸੀ। ਹੁਣ ਮਨਿੰਦਰ ਨੇ ਉੱਥੋਂ ਉੱਠਣਾ ਹੀ ਵਾਜਬ ਸਮਝਿਆ। ਸਕਿਨ ਕਲਰ ਦੇ ਸੂਟ ਵਿੱਚ ਅਰਸ਼ ਕਿੰਨੀ ਜੱਚ ਰਹੀ ਸੀ ਤੇ ਬੁੱਲਾਂ ਤੇ ਲੱਗੀ ਹਲਕੀ ਹਲਕੀ ਮੈਟ ਲਿਪਸਟਿਕ ਉਸਦੀ ਪਰਸਨੈਲਿਟੀ ਨੂੰ ਹੋਰ ਵੀ ਵਧਾ ਰਹੀ ਸੀ। ਮਨਿੰਦਰ ਉਸਨੂੰ ਬੜੀ ਗੌਹ ਨਾਲ ਤੱਕ ਗਿਆ। ਦਿਨ ਲੰਘ ਰਹੇ ਸਨ, ਪਰ ਇਹਨਾਂ ਦਿਨਾਂ ਵਿੱਚ ਇੱਕ ਖਾਮੋਸ਼ ਚਿਹਰਾ ਮਨਿੰਦਰ ਦੇ ਧੋਰ ਅੰਦਰ ਤੱਕ ਲੈ ਗਿਆ।
ਉਹ ਬਥੇਰੀ ਕੋਸ਼ਿਸ਼ ਕਰਦਾ ਅਰਸ਼ ਨੂੰ ਭੁੱਲਣ ਦੀ, ਪਰ ਗੱਲ ਵਸੋਂ ਬਾਹਰ ਹੋ ਗਈ। ਸ਼ਾਇਦ ਇਹੀ ਫਸਟ ਸਾਈਡ ਲਵ ਹੁੰਦਾ ਜਿਸ ਵਿੱਚ ਉਹਦਾ ਬੜਾ ਕੁਝ ਖੋ ਚੁੱਕਿਆ ਸੀ। ਮਨਿੰਦਰ ਨੂੰ ਕੁੜੀਆਂ ਦੀ ਕਮੀ ਨਹੀਂ ਸੀ, ਪਰ ਫੇਰ ਵੀ ਇੱਕ ਅਜੀਬ ਜਿਹੀ ਕਸ਼ਿਸ਼ ਉਸਨੇ ਅਰਸ਼ ਵਿੱਚ ਦੇਖੀ ਸੀ। ਬਸ ਉਹਦਾ ਜਾਦੂ ਉਹਦੇ ਦਿਲੋ ਦਿਮਾਗ ਤੇ ਛਾਇਆ ਹੋਇਆ ਸੀ। ਉਹ ਕਿੰਨੀ ਵਾਰ ਅਰਸ਼ ਦੇ ਦਫ਼ਤਰ ਅੱਗੋਂ ਗੁਜ਼ਰਿਆ, ਪਰ ਅੰਦਰ ਜਾਣ ਦੀ ਹਿੰਮਤ ਨਹੀਂ ਪਈ। ਉਹ ਕਿਸੇ ਤੋਂ ਡਰਦਾ ਨਹੀਂ ਸੀ, ਪਰ ਉਸ ਨੂੰ ਡਰ ਸੀ ਕਿ ਅਰਸ਼ ਦਾ ਕਿਤੇ ਉਹ ਉਹਨੂੰ ਆਵਾਰਾ ਨਾ ਸਮਝੇ। ਫੇਰ ਇੱਕ ਦਿਨ ਸ਼ਾਮ ਦੇ 7 ਵਜੇ ਦਾ ਸਮਾਂ ਸੀ। ਅਰਸ਼ ਕਿਚਨ ਦਾ ਕੰਮ ਕਰ ਰਹੀ ਸੀ। ਅਚਾਨਕ ਉਹਦੇ ਫੋਨ ਤੇ ਇੱਕ ਮੈਸੇਜ ਡਿਸਪਲੇ ਹੋਇਆ ਜਿਸ ਨੂੰ ਪੜ੍ਹ ਕੇ ਉਹ 605 ਵਿੱਚ ਪੈ ਗਈ। ਲਿਖਿਆ ਸੀ, ਨਾਮ ਅਰਸ਼ਦੀਪ, ਪੋਸਟ ਕਲਰਕ, ਸ਼ੌਕ ਕਿਤਾਬਾਂ ਪੜ੍ਹਨੀਆਂ, ਹਾਲੀਵੁੱਡ ਐਕਸ਼ਨ ਮੂਵੀਜ਼, ਟਰੈਵਲਿੰਗ ਇਨ ਹਿੱਲ ਸਟੇਸ਼ਨ, ਫੇਵਰੇਟ ਐਕਟਰ ਟੌਮ ਕਰੂਜ਼, ਫੇਵਰੇਟ ਫੂਡ ਪੀਜ਼ਾ, ਜਨਮ ਤਰੀਕ 4 ਜਨਵਰੀ। ਮੈਂ ਤੇਰੇ ਬਾਰੇ ਬਸ ਇੰਨਾ ਕੁ ਜਾਣਦਾ, ਹੈਰਾਨ ਨਾ ਹੋ, ਮੈਂ ਹੋਰ ਜਾਣਨ ਦਾ ਇਛੁੱਕ ਹਾਂ। ਆਪਣੇ ਬਾਰੇ ਇੰਨੀ ਬਾਇਓਗ੍ਰਾਫੀ ਪੜ੍ਹ ਕੇ ਅਰਸ਼ ਨੂੰ ਇੱਕ ਵਾਰੀ ਤਾਂ ਹਾਸਾ ਆ ਗਿਆ, ਪਰ ਦੂਸਰੇ ਹੀ ਪਲ ਉਹ ਸੰਜੀਦਾ ਹੋ ਗਈ। ਆਖਰ ਕੌਣ ਹੋ ਸਕਦਾ? ਉਹਨੇ DP ਜ਼ੂਮ ਕਰਕੇ ਦੇਖੀ ਤਾਂ ਦਰਖਤ ਦੀ ਫੋਟੋ ਤੋਂ ਸਿਵਾਏ ਹੋਰ ਕੁਝ ਨਹੀਂ ਦਿਖਿਆ। ਉਹਦਾ ਜੀ ਕੀਤਾ ਕਿ ਹੁਣੇ ਫੋਨ ਕਰਕੇ ਪਤਾ ਕੀਤਾ ਜਾਏ, ਪਰ ਇਹ ਸਮਾਂ ਉਸਨੂੰ ਠੀਕ ਨਹੀਂ ਲੱਗਿਆ ਕਿਉਂਕਿ ਇਹ ਟਾਈਮ ਉਹਦੇ ਪਤੀ ਦਾ ਘਰ ਆਉਣ ਦਾ ਸੀ। ਅਰਸ਼ ਸਾਰੀ ਰਾਤ ਕਿੰਨੇ ਤਰ੍ਹਾਂ ਦੇ ਸਵਾਲਾਂ ਦੇ ਬਦਲਾਂ 'ਚ ਘੇਰ ਰਹੀ ਸੀ। ਉਹ ਬੜੀ ਬੇਸਬਰੀ ਨਾਲ ਸਵੇਰ ਦੀ ਉਡੀਕ ਕਰਨ ਲੱਗੀ। ਸਵੇਰ ਹੋਈ ਤਾਂ ਅਰਸ਼ ਕਾਹਲੀ ਨਾਲ ਦਫ਼ਤਰ ਲਈ ਨਿਕਲੀ। ਅਰਸ਼ ਨੇ ਦਫ਼ਤਰ ਪਹੁੰਚ ਕੇ ਸਭ ਤੋਂ ਪਹਿਲਾਂ ਰਾਤ ਵਾਲਾ ਨੰਬਰ ਮਿਲਾਇਆ। ਬੈੱਲ ਜਾ ਰਹੀ ਸੀ, ਫੋਨ ਕਿਸੇ ਨੇ ਨਹੀਂ ਚੁੱਕਿਆ। ਅਰਸ਼ ਨੇ ਫੇਰ ਫੋਨ ਮਿਲਾਇਆ ਤਾਂ ਨੰਬਰ ਨੋਟ ਰੀਚੀਬਲ ਆਉਣ ਲੱਗਾ। ਆਖਰ ਮੈਂ ਇੰਨੀ ਟੈਨਸ਼ਨ ਕਿਉਂ ਲੈ ਰਹੀ ਹਾਂ? ਮੈਨੂੰ ਕੀ ਪਤਾ ਕੌਣ ਹੈ ਉਹ? ਆਖਰ ਮੈਂ ਇੰਨਾ ਕਿਉਂ ਸੋਚ ਰਹੀ ਹਾਂ? ਮੈਨੂੰ ਹੋਰ ਵੀ ਬਹੁਤ ਕੰਮ ਹੈ। ਅਰਸ਼ ਆਪਣੀਆਂ ਸੋਚਾਂ ਦੇ ਘੋੜੇ ਦੌੜਾ ਰਹੀ ਸੀ, ਪਰ ਕਿਸੇ ਕੰਢੇ ਨਹੀਂ ਲੱਗ ਰਹੀ ਸੀ। ਸ਼ਾਮ ਦੇ ਤਕਰੀਬਨ 8 ਵਜੇ ਦਾ ਸਮਾਂ ਸੀ। ਅਰਸ਼ ਦੇ ਫੋਨ ਦੀ ਘੰਟੀ ਵੱਜੀ। ਹੈਲੋ ਅਰਸ਼, ਮੈਂ ਜ਼ਰਾ ਕੁ ਲੇਟ ਆਵਾਂਗਾ, ਮੈਂ ਮੰਮੀ ਉਹਨਾਂ ਵੱਲ ਹੋ ਕੇ ਆਉਂਦਾ ਹੈ। ਠੀਕ ਹੈ। ਅਰਸ਼ ਦੇ ਪਤੀ ਦਾ ਫੋਨ ਸੀ, ਅਰਸ਼ ਦੇ ਸਹੁਰਿਆਂ ਦੇ ਘਰ ਥੋੜ੍ਹੀ ਦੂਰੀ 'ਤੇ ਸੀ। ਸੁਖਜੀਤ ਦੇ ਫੋਨ ਕਰਨ ਦਾ ਮਤਲਬ ਰੋਟੀ ਖਾ ਕੇ ਆਉਣ ਦਾ ਸੀ। ਥੋੜ੍ਹੀ ਦੇਰ ਬਾਅਦ ਕਿਸੇ ਬੇਪਛਾਣ ਨੰਬਰ ਤੋਂ ਫਿਰ ਫੋਨ ਆਇਆ। ਅਰਸ਼ ਨੇ ਫੋਨ ਚੁੱਕਿਆ। ਹੈਲੋ ਹੈਲੋ, ਪਹਿਲਾਂ ਇੱਕ ਚੁੱਪ ਅਤੇ ਫਿਰ ਕਿਸੇ ਮਰਦਾਵੀ ਆਵਾਜ਼ ਦੀ ਹੈਲੋ। ਹੈਲੋ, ਹਾਂਜੀ ਦੱਸੋ। ਮੈਂ ਤੇਰੀਆਂ ਅੱਖਾਂ 'ਚ ਤੈਰਦੀ ਮੁਹੱਬਤ ਦੇਖੀ ਹੈ। ਕੀ ਮਤਲਬ? ਤੁਸੀਂ ਹੋ ਕੌਣ? ਕਿੱਥੋਂ ਬੋਲ ਰਹੇ ਹੋ? ਮੈਂ ਤੇਰੇ ਸਾਰੇ ਸਵਾਲਾਂ ਦਾ ਇੱਕ ਜਵਾਬ ਹਾਂ। ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ। ਯੂ ਹੈਵ ਨੋ ਰਾਈਟ ਟੂ ਟਾਕ ਮੀ ਲਾਈਕ ਦਿਸ। ਕੋਈ ਗੱਲ ਨਹੀਂ, ਰਾਈਟ ਵੀ ਲੈ ਲਵਾਂਗੇ। ਅੱਛਾ ਮਿਸਟਰ, ਯੂ ਆਰ ਔਨ ਰੋਂਗ ਟਰੈਕ, ਆਈ ਐਮ ਮੈਰਿਡ। ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਮੁਹੱਬਤ ਕਰਦਾ ਤੈਨੂੰ ਬੇਪਨਾਹ, ਬਸ ਤੂੰ ਇੱਕ ਵਾਰੀ। ਅਰਸ਼ ਨੇ ਫੋਨ ਵਿਚਾਲੇ ਹੀ ਕੱਟ ਦਿੱਤਾ। ਪਤਾ ਨਹੀਂ ਉਹ ਸੱਚੀ ਡਰ ਗਈ ਸੀ ਜਾਂ ਫਿਰ ਪੂਰੀ ਗੱਲ ਸੁਣਨ ਦੀ ਉਸ ਦੀ ਹੀ ਵਿੱਚ ਹਿੰਮਤ ਨਹੀਂ ਸੀ। ਬੜੀ ਤਰ੍ਹਾਂ ਦੇ ਸਵਾਲ ਉਹਦੇ ਦਿਮਾਗ 'ਚ ਚੱਕਰ ਕੱਟ ਰਹੇ ਸੀ। ਅਸਲ ਵਿੱਚ ਜਦੋਂ ਕੰਨਾਂ ਨੂੰ ਆਦਤ ਪੈ ਜਾਵੇ ਇਹ ਗੱਲਾਂ ਸੁਣਨ ਦੀ ਕਿ ਲੂਣ ਘੱਟ ਹੈ, ਤੁਸੀਂ ਜਨਾਨੀਆਂ ਵੀ ਬਸ ਕੋਈ ਤਾਂ ਕੰਮ ਢੰਗ ਸਿਰ ਕਰ ਲਿਆ ਕਰੋ, ਘਰ 'ਚ ਵੀ ਐਵਰੇਜ
ਬਾਹਰ ਵੀ ਐਵਰੇਜ ਤਾਂ ਅਚਾਨਕ ਕਿਤੋਂ ਦੂਰੋਂ ਮਿੱਠੀ ਮਿੱਠੀ ਆਵਾਜ਼ ਕੰਨੀ ਪਵੇ ਤਾਂ ਦਿਲ ਤੇ ਦਿਮਾਗ 'ਚ ਹਲਚਲ ਹੋਣੀ ਯਕੀਨੀ ਹੈ। ਅਰਸ਼ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੋ ਰਿਹਾ ਸੀ, ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਬੰਸਰੀ ਵਜਾਉਣ ਵਾਲਾ ਕੌਣ ਹੈ। ਪਰ ਇੱਕ ਅਜੀਬ ਤਰ੍ਹਾਂ ਦਾ ਡਰ ਉਹਦੇ ਦਿਮਾਗ 'ਤੇ ਵੀ ਭਾਰੂ ਹੋ ਰਿਹਾ ਸੀ। ਸਮਾਜ ਦਾ, ਪਤੀ ਦਾ, ਘਰਦਿਆਂ ਦਾ ਡਰ ਉਹਨੂੰ ਅੰਦਰ ਹੀ ਅੰਦਰ ਖਾਈ ਜਾ ਰਿਹਾ ਸੀ। ਹੁਣ ਉਹ ਆਪਣੇ ਆਪ ਤੋਂ ਗੈਰ ਹਾਜ਼ਰ ਜਿਹੀ ਹੋ ਕੇ ਵਿਚਰ ਰਹੀ ਸੀ। ਕਦੇ ਉਸ ਅਜਨਬੀ ਬਾਰੇ ਸੋਚਦੀ ਤੇ ਕਦੇ ਉਹਦੀਆਂ ਗੱਲਾਂ ਬਾਰੇ ਜੋ ਹਰ ਵਕਤ ਉਹਦੇ ਦਿਮਾਗ ਦੇ ਕੋਨਿਆਂ ਨਾਲ ਟਕਰਾ ਰਹੀਆਂ ਸਨ। ਅਰਸ਼, ਤੂੰ ਅੱਜ ਮੰਮੀ ਵੱਲ ਗਈ ਨਹੀਂ? ਮੈਂ ਤੈਨੂੰ ਸਵੇਰੇ ਕਹਿ ਕੇ ਗਿਆ ਸੀ, ਕੋਈ ਕੰਮ ਸੀ ਤੈਨੂੰ ਤਾਂ ਹੀ ਬੁਲਾ ਰਹੇ ਸੀ। ਅਰਸ਼ ਦੇ ਪਤੀ ਸੁਖਜੀਤ ਨੇ ਰੋਬ ਪਾਉਂਦੇ ਹੋਏ ਪੁੱਛਿਆ। ਮੇਰਾ ਟਾਈਮ ਨਹੀਂ ਲੱਗਿਆ। ਹਾਂ, ਜੇ ਤੈਨੂੰ ਪੇਕਿਆਂ ਦੇ ਫੋਨ ਤੋਂ ਫੁਰਸਤ ਮਿਲੇ ਤਾਂ ਹੀ। ਕਿਉਂ, ਕੀ ਗੱਲ? ਹੁਣ ਮੈਨੂੰ ਆਪਣੇ ਮੋਮ ਡੈਡ ਨਾਲ ਗੱਲ ਕਰਨ ਲਈ ਵੀ ਤੁਹਾਡੀ ਪਰਮਿਸ਼ਨ ਦੀ ਲੋੜ ਪਏਗੀ? ਅਰਸ਼ ਨੇ ਗੁੱਸੇ ਤੇ ਹੈਰਾਨੀ ਨਾਲ ਪੁੱਛਿਆ। ਵੈਸੇ ਵੀ ਦਫ਼ਤਰ ਤੋਂ ਆ ਕੇ ਮੇਰੇ ਕੋਲ ਹੋਰ ਬਹੁਤ ਕੰਮ ਹੁੰਦਾ ਘਰ ਦਾ। ਵੈਸੇ ਵੀ ਮੰਮੀ ਜੀ ਦੀਆਂ 2 ਪਿਆਰੀਆਂ ਨੂੰਹਾਂ ਉਹਨਾਂ ਦੇ ਕੋਲ ਹੀ ਰਹਿੰਦੀਆਂ ਨੇ, ਉਹਨਾਂ ਤੋਂ ਕਰਵਾ ਲੈਣ ਜੋ ਕਰਵਾਉਣਾ ਏ। ਅੱਜ ਕੱਲ੍ਹ ਤੇਰੀ ਜ਼ਬਾਨ ਵੀ ਕੈਂਚੀ ਵਾਂਗ ਚੱਲਣ ਲੱਗ ਪਈ ਹੈ। ਮੈਂ ਜਾ ਰਿਹਾ, ਉੱਧਰ ਰੋਟੀ ਨਾ ਬਣਾਈ ਮੇਰੀ। ਹਾਂ ਜਾਓ, ਤੁਹਾਡੇ ਲਈ ਤਾਂ ਉਹੀ ਨੇ ਸਭ ਕੁਝ। ਮੈਂ ਤਾਂ ਕੁਝ ਵੀ ਨਹੀਂ, ਕਦੇ ਕੋਈ ਗੱਲ ਨਹੀਂ ਕਰਦੇ, ਬਸ ਉੱਧਰ ਨੂੰ ਤੁਰ ਪੈਂਦੇ ਨੇ। ਅਰਸ਼ ਦੇ ਪਿੱਛੋਂ ਬੋਲਦੇ ਬੋਲਦੇ ਸੁਖਜੀਤ ਕਾਹਲੀ ਨਾਲ ਘਰੋਂ ਬਾਹਰ ਨਿਕਲਿਆ ਤੇ ਯੂਵੀ ਅਰਸ਼ ਵੱਲ ਬੜਾ ਹੀ ਸਹਿਮਿਆ ਸਹਿਮਿਆ ਤੱਕ ਰਿਹਾ ਸੀ। ਅਰਸ਼ ਨੂੰ ਸੁਖਜੀਤ ਤੇ ਬਹੁਤ ਗੁੱਸਾ ਆਇਆ। ਅਸਲ ਵਿੱਚ ਅਰਸ਼ ਤੇ ਸੁਖਜੀਤ ਦਾ ਰਿਸ਼ਤਾ ਕਾਫੀ ਤਲੱਖੀਆਂ ਭਰਿਆ ਹੋ ਗਿਆ ਸੀ, ਕਿਉਂਕਿ ਸੁਖਜੀਤ ਘਰਦਿਆਂ ਦੀ ਚੱਕ ਚਾ ਕੇ ਅਰਸ਼ ਤੇ ਪਾਬੰਦੀਆਂ ਹੀ ਲਾਉਂਦਾ ਰਹਿੰਦਾ, ਜੋ ਕਿ ਅਰਸ਼ ਨੂੰ ਬਿਲਕੁਲ ਪਸੰਦ ਨਹੀਂ ਸੀ। ਨਾ ਹੀ ਘਰ ਦੀ ਕੋਈ ਜ਼ਿੰਮੇਵਾਰੀ ਚੱਕਦਾ, ਘਰ ਦਾ ਸਾਰਾ ਖਰਚ ਆਪਣੇ ਬੇਟੇ ਯੂਵੀ ਦਾ ਖਰਚ ਵੀ ਅਰਸ਼ ਹੀ ਕਰਦੀ। ਜੇ ਅਰਸ਼ ਇਸ ਬਾਬਤ ਸੁਖਜੀਤ ਨਾਲ ਕੋਈ ਗੱਲ ਵੀ ਕਰਦੀ ਤਾਂ ਉਹ ਬਿਜ਼ਨਸ 'ਚ ਮੰਦਾ ਚੱਲਣ ਦਾ ਬਹਾਨਾ ਲਾ ਕੇ ਗੱਲ ਟਾਲ ਦਿੰਦਾ। ਇਸ ਤਰ੍ਹਾਂ ਅਰਸ਼ ਤੇ ਸੁਖਜੀਤ ਦੇ ਰਿਸ਼ਤੇ 'ਚ ਇੱਕ ਚੁੱਪ ਜਿਹੀ ਪਸਰ ਗਈ ਸੀ ਤੇ ਅਰਸ਼ ਨੂੰ ਇਹ ਚੁੱਪ ਦਾ ਸ਼ੋਰ ਬੜਾ ਤੰਗ ਕਰਦਾ। ਉੱਧਰ ਮਨਿੰਦਰ ਦੀ ਬੇਸਬਰੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਉਹ ਅਰਸ਼ ਨੂੰ ਕਈ ਅਣਜਾਣ ਜਿਹੇ ਨੰਬਰ ਤੋਂ ਫੋਨ ਕਰਦਾ, ਪਰ ਅਰਸ਼ ਉਹਦਾ ਹਰ ਨੰਬਰ ਬਲੌਕ ਲਿਸਟ 'ਚ ਪਾ ਦਿੰਦੀ। ਫੋਨ ਵੀ ਕਰਦਾ ਪਰ ਅਰਸ਼ ਨੇ ਅਣਜਾਣ ਨੰਬਰ ਪਿੱਕ ਕਰਨੇ ਬੰਦ ਕਰ ਦਿੱਤੇ। ਉਹ ਜਾਣਦੀ ਸੀ ਕਿ ਉਸਦੀ ਜ਼ਿੰਦਗੀ 'ਚ ਪਹਿਲਾਂ ਹੀ ਮਸਲੇ ਬਹੁਤ ਨੇ ਤੇ ਉਹ ਕੋਈ ਹੋਰ ਉਲਝਣ ਵਧਾਉਣਾ ਨਹੀਂ ਚਾਹੁੰਦੀ ਸੀ। ਦਿਨ ਗੁਜ਼ਰਦੇ ਗਏ। ਅਰਸ਼ ਨੂੰ ਲੱਗਿਆ ਕਿ ਨੰਬਰ ਬਲੌਕ ਕਰਨ ਨਾਲ ਉਸਦੀ ਇਹ ਉਲਝਣ ਵੀ ਖਤਮ ਹੋ ਗਈ ਹੈ, ਪਰ ਅਜਿਹਾ ਨਹੀਂ ਸੀ। ਇਹ ਸਿਰਫ ਉਸਦਾ ਇੱਕ ਵਹਿਮ ਹੀ ਸੀ। ਇੱਕ ਦਿਨ ਅਰਸ਼ ਆਪਣੇ ਕੰਮ 'ਚ ਬਿਜ਼ੀ ਸੀ। ਇੰਨੇ ਨੂੰ ਰਾਮ ਸਿੰਘ ਇੱਕ ਪੈਕਟ ਲੈ ਕੇ ਆਉਂਦਾ ਏ। ਮੈਡਮ, ਇਹ ਤੁਹਾਡੇ ਲਈ। ਇਹ ਕੀ ਹੈ? ਪਤਾ ਨਹੀਂ ਜੀ, ਕੋਈ ਫੜਾ ਕੇ ਗਿਆ, ਕਹਿੰਦਾ ਸਿਰਫ ਅਰਸ਼ ਮੈਡਮ ਨੂੰ ਹੀ ਦੇ ਦਿਓ। ਕੌਣ ਸੀ? ਕੋਈ ਮੁੰਡਾ ਸੀ ਛੋਟੀ ਜਿਹੀ ਉਮਰ ਦਾ? ਅਰਸ਼ ਨੇ ਉਹ ਪੈਕਟ ਫੜ ਲਿਆ, ਪਰ ਉਹ ਹੈਰਾਨੀ ਨਾਲ ਲਿਫਾਫੇ ਵੱਲ ਦੇਖ ਰਹੀ ਸੀ। ਰਾਮ ਸਿੰਘ ਉੱਥੇ ਹੀ ਖੜਾ ਅਰਸ਼ ਦੇ ਹਾਵ ਭਾਵ ਦੇਖ ਰਿਹਾ ਸੀ। ਮੈਡਮ ਜੀ, ਤੁਹਾਡਾ ਵਧੀਆ, ਗਿਫਟ ਵੀ ਮਿਲੀ ਜਾਂਦੇ ਨੇ, ਉੱਪਰੋਂ ਵੀ ਬਣੀ ਜਾਂਦੇ ਨੇ। ਨਹੀਂ, ਐਵੇਂ ਦੀ ਕੋਈ ਗੱਲ ਨਹੀਂ, ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੀ ਹਾਂ। ਹਾਂਜੀ, ਉਹ ਤਾਂ ਦੇਖ ਰਿਹਾ। ਅਰਸ਼ ਨੂੰ ਲੱਗਿਆ ਰਾਮ ਸਿੰਘ ਨੂੰ ਸਮਝਾਉਣਾ ਵਿਅਰਥ ਹੈ।
ਅੱਛਾ ਤੁਸੀਂ ਜਾਓ, ਇੱਕ ਕੱਪ ਚਾਹ ਭੇਜ ਦਿਓ। ਅਰਸ਼ ਨੇ ਆਪਣਾ ਖਹਿੜਾ ਛੁਡਾਇਆ। ਜੀ ਮੈਡਮ ਜੀ, ਰਾਮ ਸਿੰਘ ਮੁਸ਼ਕੜੀ ਹੱਸਦਾ ਬਾਹਰ ਨਿਕਲ ਗਿਆ। ਅਰਸ਼ ਨੇ ਪੈਕਟ ਖੋਲ੍ਹਿਆ ਤਾਂ ਉਸ ਵਿੱਚੋਂ ਇੱਕ ਸੂਟ ਨਿਕਲਿਆ, ਰੈੱਡ ਬਲੈਕ ਕੋਂਬੀਨੇਸ਼ਨ ਦਾ। ਨਾਲ ਹੀ ਇੱਕ ਪਰਚੀ ਵੀ ਸੀ ਜਿਸ 'ਤੇ ਲਿਖਿਆ ਸੀ, ਮੈਨੂੰ ਪਤਾ ਰੈੱਡ ਤੇਰਾ ਫੇਵਰਟ ਕਲਰ ਆ, ਹੁਣ ਤੂੰ ਮੈਨੂੰ ਇਹੀ ਸੂਟ ਪਾ ਕੇ ਮਿਲਣ ਆਈ। ਅਰਸ਼ ਨੂੰ ਇਹ ਪੜ੍ਹ ਕੇ ਬਹੁਤ ਗੁੱਸਾ ਆਇਆ। ਆਖਰ ਇਹ ਬੰਦਾ ਕੌਣ ਸੀ ਜਿਹੜਾ ਇੰਨਾ ਸਿਰ 'ਤੇ ਚੜ੍ਹ ਰਿਹਾ ਸੀ? ਅਰਸ਼ ਨੇ ਮਨ ਹੀ ਮਨ ਠਾਣ ਲਈ ਕਿ ਹੁਣ ਉਹਦਾ ਇਹ ਇਸ਼ਕ ਦਾ ਭੂਤ ਉਤਾਰ ਕੇ ਛੱਡੇਗੀ। ਉਸ ਨੂੰ ਪਤਾ ਸੀ ਕਿ ਉਹ ਫੋਨ ਜ਼ਰੂਰ ਕਰੇਗਾ। ਥੋੜ੍ਹੀ ਦੇਰ ਬਾਅਦ ਸੱਚੀ ਵਿੱਚ ਮਨਿੰਦਰ ਨੇ ਅਰਸ਼ ਨੂੰ ਫੋਨ ਕੀਤਾ। ਹੈਲੋ ਹੈਲੋ, ਹਾਂਜੀ ਮੈਡਮ, ਗਿਫਟ ਪਸੰਦ ਆਇਆ? ਅੱਛਾ ਤਾਂ ਤੁਸੀਂ ਭੇਜਿਆ, ਮੇਰੇ 'ਤੇ ਇੰਨੀ ਮਿਹਰਬਾਨੀ ਕਿਉਂ? ਦਿਲ ਆ ਗਿਆ ਤੇਰੇ 'ਤੇ, ਬਸ ਤੇਰੀ ਮੁਹੱਬਤ ਦਾ ਨਸ਼ਾ ਏ। ਮੈਨੂੰ ਐਵੇਂ ਦਾ ਨਸ਼ਾ ਉਤਾਰਨਾ ਚੰਗੀ ਤਰ੍ਹਾਂ ਆਉਂਦਾ ਏ, ਫੇਰ ਉਤਾਰ ਦਿਓ ਨਾ, ਮੈਂ ਤਾਂ ਖੁਦ ਬੜਾ ਪਰੇਸ਼ਾਨ ਹਾਂ। ਤੁਸੀਂ ਮੇਰੀਆਂ ਨੀਂਦਾਂ ਚੁਰਾ ਲਈਆਂ ਅਤੇ ਮੇਰਾ ਚੈਨ ਵੀ। ਪਲੀਜ਼ ਮੈਨੂੰ ਵਾਪਸ ਕਰ ਦਿਓ ਆਪਣੇ ਸਮੇਤ। ਓ ਹੈਲੋ ਮਿਸਟਰ, ਮੈਨੂੰ ਤੁਹਾਡੀ ਇਹ ਹਰਕਤ ਬਿਲਕੁਲ ਪਸੰਦ ਨਹੀਂ ਆਈ, ਮੇਰਾ ਖਹਿੜਾ ਛੱਡ ਦਿਓ ਨਹੀਂ ਤਾਂ ਮੈਂ ਪੁਲਿਸ ਕੰਪਲੇਂਟ ਕਰ ਦੇਵਾਂਗੀ। ਓਕੇ ਜੀ, ਪਹਿਲਾਂ ਤੁਸੀਂ ਪੁਲਿਸ ਕੰਪਲੇਂਟ ਹੀ ਕਰ ਲਓ, ਆਪਾਂ ਫੇਰ ਹੀ ਮੁਲਾਕਾਤ ਕਰਾਂਗੇ। ਇਸ ਵਾਰੀ ਫੋਨ ਅਰਸ਼ ਨੇ ਨਹੀਂ ਮਨਿੰਦਰ ਨੇ ਕੱਟਿਆ ਅਤੇ ਅਰਸ਼ ਸੁੰਨ ਜਿਹੀ ਹੋ ਕੇ ਉਸ ਲਿਫਾਫੇ ਵੱਲ ਦੇਖ ਰਹੀ ਸੀ। ਔਰਤ ਹਰ ਰਿਸ਼ਤੇ ਨੂੰ ਪਿਆਰ ਤੇ ਇੱਜ਼ਤ ਨਾਲ ਨਿਭਾਉਂਦੀ ਹੈ, ਇਹੀ ਕੁਝ ਉਹ ਆਪਣੇ ਲਈ ਵੀ ਲੋਚਦੀ ਹੈ। ਪਰ ਜੇ ਉਹ ਇਹਨਾਂ ਦੋਵਾਂ ਚੀਜ਼ਾਂ ਤੋਂ ਮਹਿਰੂਮ ਰਹਿੰਦੀ ਹੈ ਤਾਂ ਉਹ ਧੁਰ ਅੰਦਰ ਤੱਕ ਉਦਾਸ ਹੋ ਜਾਂਦੀ ਹੈ ਤੇ ਦੁਨੀਆ ਉਹਦੇ ਲਈ ਇੱਕ ਜੰਗਲ ਵਰਗੀ ਲੱਗਦੀ ਹੈ ਤੇ ਫੇਰ ਇਸੇ ਜੰਗਲ 'ਚ ਉਹ ਆਪਣੀ ਪਛਾਣ ਲਈ ਭਟਕਣਾ ਸ਼ੁਰੂ ਕਰ ਦਿੰਦੀ ਹੈ। ਅਰਸ਼ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਹੋ ਰਿਹਾ ਸੀ। ਉਹਦਾ ਤੇ ਸੁਖਜੀਤ ਦਾ ਰਿਸ਼ਤਾ ਸੁੱਕ ਰਿਹਾ ਸੀ ਤੇ ਅਰਸ਼ ਦੇ ਕੰਨਾਂ 'ਚ ਬਗਾਵਤ ਦੇ ਢੋਲ ਦਾ ਡੱਗਾ ਵੱਜ ਰਿਹਾ ਸੀ। ਹੁਣ ਉਸਦਾ ਵੀ ਜੀ ਕਰ ਰਿਹਾ ਸੀ ਕਿ ਉਹ ਇਸ ਡੱਗੇ ਨਾਲ ਤਾਲ ਮਿਲਾਵੇ ਤੇ ਵਰਜਿਤ ਫਲ ਦਾ ਸਵਾਦ ਦਾ ਚੱਖੇ। ਇਸੇ ਕਰਕੇ ਉਸਨੇ ਇਸ ਵਾਰ ਨਾ ਤਾਂ ਮਨਿੰਦਰ ਦਾ ਫੋਨ ਕੱਟਿਆ ਤੇ ਨਾ ਹੀ ਨੰਬਰ ਬਲੌਕ ਕੀਤਾ। ਪਰ ਉਹ ਖੁਦ ਪਹਿਲ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਮਨਿੰਦਰ ਦੇ ਫੋਨ ਦੀ ਉਡੀਕ ਕਰਨ ਲੱਗੀ। ਫਿਰ ਇੱਕ ਦਿਨ ਅਰਸ਼ ਡਿਊਟੀ ਤੋਂ ਘਰ ਨੂੰ ਜਾ ਰਹੀ ਸੀ। ਉਸ ਦਾ ਘਰ ਦਫ਼ਤਰ ਤੋਂ 25 ਕੁ ਕਿਲੋਮੀਟਰ 'ਤੇ ਸੀ, ਮਤਲਬ ਕਿ ਖੰਨੇ ਦੇ ਕਿਸੇ ਨੇੜਲੇ ਪਿੰਡ 'ਚ ਉਸਦੀ ਪੋਸਟਿੰਗ ਸੀ ਅਤੇ ਘਰ ਉਸਦਾ ਸਮਰਾਲੇ ਸੀ। ਮਨਿੰਦਰ ਦਾ ਪਿੰਡ ਵੀ ਖੰਨੇ ਦੇ ਨੇੜੇ ਹੀ ਸੀ, ਇਸ ਕਰਕੇ ਉਹ ਵੀ ਅਰਸ਼ ਨੂੰ ਲੰਘਦੇ ਵੜਦੇ ਦੇਖਦਾ ਸੀ। ਅੱਜ ਮਨਿੰਦਰ ਨੇ ਸੱਚੀ 'ਚ ਆਪਣੀ ਚਿੱਟੀ ਫੋਰਚੂਨਰ ਅਰਸ਼ ਦੇ ਪਿੱਛੇ ਲਗਾ ਲਈ। ਅਰਸ਼ ਨੂੰ ਵੀ ਲੱਗਿਆ ਕਿ ਕੋਈ ਉਸ ਨੂੰ ਫੋਲੋ ਕਰ ਰਿਹਾ, ਪਰ ਉਹਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਫਿਰ ਅਚਾਨਕ ਜਦੋਂ ਗੱਡੀ ਅਰਸ਼ ਦੇ ਬਰਾਬਰ ਹੋਈ ਤਾਂ ਉਹ ਕਾਲੀਆਂ ਐਨਕਾਂ ਵਾਲੇ ਮਰਦ ਨੂੰ ਪਛਾਣ ਨਹੀਂ ਸਕੀ। ਅਜੇ ਕੁਝ ਸੋਚ ਹੀ ਰਹੀ ਸੀ ਕਿ ਮਨਿੰਦਰ ਨੇ ਇੱਕਦਮ ਓਵਰਟੇਕ ਕੀਤਾ ਤੇ ਅਰਸ਼ ਡਿੱਗਦੀ ਡਿੱਗਦੀ ਮਸਾਂ ਬਚੀ। ਅਰਸ਼ ਦਾ ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ। ਮਨਿੰਦਰ ਗੱਡੀ 'ਚੋਂ ਉਤਰਿਆ, ਕਾਲੀਆਂ ਐਨਕਾਂ ਤੇ ਚਿੱਟੇ ਕੁੜਤੇ 'ਚ ਉਹ ਵੀ ਕਿਸੇ ਤੋਂ ਘੱਟ ਨਹੀਂ ਲੱਗ ਰਿਹਾ ਸੀ। ਹਾਂਜੀ ਮੈਡਮ, ਕਰ ਲਈ ਫਿਰ ਪੁਲਿਸ ਕੰਪਲੇਂਟ? ਅਰਸ਼ ਨੂੰ ਸਮਝਦਿਆਂ ਦੇਰ ਨਹੀਂ ਲੱਗੀ। ਅੱਛਾ ਤਾਂ ਤੁਸੀਂ ਹੋ? ਹਾਂਜੀ, ਬੰਦਾ ਤੁਹਾਡੇ ਸਾਹਮਣੇ ਹਾਜ਼ਰ ਹੈ, ਚਾਹੋ ਤਾਂ ਇੱਥੇ ਹੀ ਹੱਥਕੜੀਆਂ ਲਗਾ ਸਕਦੇ ਹੋ, ਮੈਂ ਤਿਆਰ ਹਾਂ ਤੁਹਾਡੇ ਲਈ ਥਾਣੇ ਚੱਲਣ ਨੂੰ। ਮਨਿੰਦਰ ਗੱਲ ਪੂਰੀ ਕਰਦਾ ਹੋਇਆ ਮੁੱਛਾਂ ਨੂੰ ਚੜਾ ਰਿਹਾ ਸੀ। ਅਰਸ਼ ਸੱਚੀ ਘਬਰਾਈ ਹੋਈ ਸੀ।
ਪਰ ਘਬਰਾਟ ਨੂੰ ਚਿਹਰੇ ਤੇ ਛੁਪਾ ਰਹੀ ਸੀ। ਦੇਖੋ ਮੈਡਮ, ਮੈਨੂੰ ਗੱਲ ਘੁਮਾ ਫਰਾ ਕੇ ਨਹੀਂ ਆਉਂਦੀ, ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ, ਹੁਣ ਤੁਸੀਂ ਮੰਨ ਜਾਓ, ਬਹੁਤ ਤੜਫਾ ਲਿਆ ਮੈਨੂੰ, ਤੁਸੀਂ ਮੇਰੀ ਜਿੱਦ ਹੋ ਤੇ ਮੈਂ ਆਪਣੀ ਹਰ ਜਿੱਦ ਪੂਰੀ ਕਰਕੇ ਹਟਦਾ ਹਾਂ, ਪਰ ਤੁਹਾਨੂੰ ਪਤਾ ਹੈ ਨਾ ਮੈਂ ਮੈਰਿਡ ਹਾਂ ਤੇ ਪਰ ਪੂਰ ਕੁਝ ਨਹੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਬਸ ਹਾਂ ਕਰ ਦਿਓ, ਅੱਜ ਸ਼ਾਮ ਨੂੰ ਮੈਂ ਤੁਹਾਡੇ ਫੋਨ ਦੀ ਉਡੀਕ ਕਰਾਂਗਾ, ਹੁਣ ਤੁਸੀਂ ਜਾ ਸਕਦੇ ਹੋ। ਮਨਿੰਦਰ ਨੇ ਅਰਸ਼ ਦਾ ਰਾਹ ਛੱਡਦੇ ਹੋਏ ਕਿਹਾ, ਥੈਂਕ ਯੂ। ਅਰਸ਼ ਨੇ ਸਿਰਫ ਇੰਨਾ ਹੀ ਕਿਹਾ ਤੇ ਸਕੂਟਰ 60 ਦੀ ਸਪੀਡ ਤੇ ਭਜਾਉਣ ਲੱਗੀ। ਮਨਿੰਦਰ ਉਸ ਨੂੰ ਦੂਰ ਜਾਂਦੀ ਨੂੰ ਦੇਖਦਾ ਰਿਹਾ। ਜਿਉਂ ਜਿਉਂ ਸ਼ਾਮ ਢਲ ਰਹੀ ਸੀ, ਅਰਸ਼ ਦੇ ਦਿਲ 'ਚ ਹੌਲ ਪੈ ਰਹੇ ਸੀ, ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ। ਹੌਲ ਪੈਣ ਨਾਲ ਉਸ ਨੂੰ ਮੋਸ਼ਨ ਵੀ ਲੱਗ ਗਏ। 2-3 ਵਾਰੀ ਉਹ ਬਾਥਰੂਮ ਵੀ ਜਾ ਕੇ ਆਈ। ਯੂਵੀ ਨੂੰ ਹੋਮਵਰਕ ਕਰਾਉਣ ਮਗਰੋਂ ਉਹ ਰਸੋਈ ਦੇ ਕੰਮ ਵਿੱਚ ਜੁੱਟ ਗਈ, ਪਰ ਧਿਆਨ ਉਸਦਾ ਮਨਿੰਦਰ ਦੀਆਂ ਗੱਲਾਂ ਵਿੱਚ ਹੀ ਸੀ। ਰਾਤ ਦੇ 8 ਵਜ ਗਏ ਸੀ। ਰਾਤ ਦੇ 8 ਵਜ ਚੁੱਕੇ ਸਨ। ਮੰਮਾ ਤੁਹਾਡਾ ਫੋਨ, ਯੂਵੀ ਨੇ ਗੇਮ ਵਿੱਚੇ ਹੀ ਬੰਦ ਕਰਕੇ ਫੋਨ ਅਰਸ਼ ਨੂੰ ਫੜਾ ਦਿੱਤਾ। ਅਰਸ਼ ਘਬਰਾ ਗਈ ਸੀ ਕਿਉਂਕਿ ਸੁਖਜੀਤ ਉੱਥੇ ਹੀ ਬੈਠਾ ਟੀਵੀ ਦੇਖ ਰਿਹਾ ਸੀ। ਦਫ਼ਤਰ 'ਚੋਂ ਫੋਨ ਹੈ, ਇਹ ਤਾਂ ਘਰ ਵੀ ਨਹੀਂ ਟਿਕਣ ਦਿੰਦੇ। ਅਰਸ਼ ਨੇ ਬਹਾਨਾ ਜਿਹਾ ਮਾਰਿਆ ਤੇ ਆਪ ਉਹ ਕਿਚਨ ਵਿੱਚ ਜਾ ਕੇ ਫੋਨ ਦੇਖਣ ਲੱਗੀ। ਮਨਿੰਦਰ ਦੀ ਕਾਲ ਆਈ ਹੋਈ ਸੀ। ਅਰਸ਼ ਨੇ ਇੱਕ ਮੈਸੇਜ ਟਾਈਪ ਕੀਤਾ ਤੇ ਲਿਖਿਆ ਯੈਸ ਤੇ ਨਾਲ ਹੀ ਲਿਖਿਆ ਹਬੀ ਕੋਲ। ਫਿਰ ਮਨਿੰਦਰ ਵੀ ਸਮਝ ਗਿਆ ਤੇ ਉਸਨੇ ਕੋਈ ਮੈਸੇਜ ਨਹੀਂ ਕੀਤਾ। ਅਰਸ਼ ਦੀ ਬਿਨਾਂ ਸੋਚੇ ਸਮਝੇ ਕਹੀ ਹੋਈ ਹਾਂ ਉਸਨੂੰ ਇੱਕ ਅਜੀਬ ਜਿਹੀ ਖੁਸ਼ੀ ਦੇ ਰਹੀ ਸੀ, ਜਿਹੜੀ ਕਿ ਉਹਦੇ ਰੋਮ ਰੋਮ ਵਿੱਚ ਫੈਲ ਗਈ। ਅੱਜ ਉਸਨੂੰ ਸ਼ਾਮ ਵੀ ਇੰਨੀ ਪਿਆਰੀ ਲੱਗੀ ਤੇ ਅੱਜ ਉਹ ਸੁਖਜੀਤ ਨੂੰ ਵੀ ਭੱਜ ਕੇ ਜੇ ਨਹੀਂ ਪਈ। ਉੱਧਰ ਮਨਿੰਦਰ ਅਰਸ਼ ਦੀ ਹਾਂ ਸੁਣ ਕੇ ਠਰ ਜਿਹਾ ਗਿਆ ਸੀ। ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਉਸਦੇ ਮਨ ਨੂੰ ਮਿਲ ਗਈ ਸੀ। ਆਪਣੇ ਵੱਡੇ ਸਾਰੇ ਕਮਰੇ 'ਚ ਪਿਆ ਉਹ ਸਾਰੀ ਰਾਤ ਕਰਵਟਾਂ ਲੈ ਰਿਹਾ ਸੀ। ਇਸ਼ਕ ਚਾਹੇ 17ਵੇਂ ਵਰ੍ਹੇ ਦਾ ਹੋਵੇ ਚਾਹੇ 27ਵੇਂ ਦਾ, ਸਰੂਰ ਉਹਦਾ ਓਨਾ ਹੀ ਹੁੰਦਾ। ਕੱਚੀ ਉਮਰ ਜਿਹਾ ਜੋ ਸੁਪਨਾ ਮਨਿੰਦਰ ਨੇ ਦਿਨ ਰਾਤ ਬੁਣਿਆ ਸੀ ਉਹ ਉਸਨੂੰ ਹੁਣ ਹਕੀਕਤ 'ਚ ਦਿਖ ਰਿਹਾ ਸੀ। ਸਵੇਰ ਦੇ 8 ਵੱਜ ਗਏ ਸੀ। ਮਨਿੰਦਰ ਦੀਆਂ ਅੱਖਾਂ 'ਚ ਨੀਂਦ ਰੜਕ ਰਹੀ ਸੀ, ਪਰ ਉਹ ਸੋਚ ਰਿਹਾ ਸੀ ਇਸ ਵਕਤ ਅਰਸ਼ ਕੀ ਕਰਦੀ ਹੋਣੀ। ਇੱਕ ਵਾਰੀ ਤਾਂ ਉਸਨੇ ਫੋਨ ਵੀ ਚੁੱਕਿਆ ਕਿ ਅਰਸ਼ ਨਾਲ ਗੱਲ ਕਰੇ। ਅਰਸ਼ ਦੀ ਮਿੱਠੀ ਮਿੱਠੀ ਆਵਾਜ਼ ਸੁਣਨ ਨੂੰ ਉਸਦੇ ਕੰਨ ਤਰਸ ਰਹੇ ਸੀ। ਉਹ ਅਰਸ਼ ਦੀ ਇੱਕ ਝਲਕ ਦੇਖਣ ਨੂੰ ਤਰਸ ਰਿਹਾ ਸੀ। ਹੋ ਸਕਦਾ ਮਨਿੰਦਰ ਦੀ ਇਕੱਲਾਪਣ ਉਸਦੇ ਇਸ਼ਕ ਦੀ ਵਜ੍ਹਾ ਹੋਵੇ, ਪਰ ਹਾਲ ਦੀ ਘੜੀ ਸੱਚੀ ਉਸਨੂੰ ਬਲਾਇੰਡ ਲਵ ਹੋ ਗਿਆ ਸੀ। ਪੋਤਾ ਜੁੱਠਣਾ ਨਹੀਂ, ਕਿੰਨਾ ਦਿਨ ਚਾੜਾ ਆ। ਮਨਿੰਦਰ ਦੀ ਦਾਦੀ ਨੇ ਕਮਰੇ 'ਚ ਵੜਦਿਆਂ ਕਿਹਾ ਹਾਂ ਬੀਬੀ ਉੱਠਦਾ, ਬਸ ਰਾਤ ਕਾਫੀ ਦੇਰ ਟੀਵੀ ਦੇਖਦਾ ਰਿਹਾ। ਪੁੱਤ ਕਦੋਂ ਤੱਕ ਇਸ ਤਰ੍ਹਾਂ ਘੁੰਮਦਾ ਰਹੇਗਾ, ਦੇਖ ਬਹੁਤ ਰਿਸ਼ਤੇ ਨੇ, ਪਰ ਗੱਲ ਤਾਂ ਤੇਰੀ ਹਾਂ ਤੇ ਟਿੱਗੀ ਹੈ, ਜੇ ਤੂੰ ਕੁਝ ਕਹੇ ਤਾਂ ਗੱਲ ਅੱਗੇ ਤੁਰੇ। ਉਹ ਕੋਈ ਨੀ ਬੀਬੀ, ਮੈਂ ਕਿਹੜਾ ਭੱਜ ਚੱਲਿਆ, ਤੂੰ ਤਾਂ ਨੀ ਭੱਜ ਚੱਲਿਆ, ਸਮਾਂ ਤਾਂ ਭੱਜ ਰਿਹਾ, ਨਾਲੇ ਮੇਰਾ ਕੀ ਪਤਾ ਮੈਂ ਕਦੋਂ ਤੇਰੇ ਦਾਦੇ ਵਾਂਗੂ ਜਾਂਦੇ ਰਾਹੀਆਂ ਦੇ ਨਾਲ ਰਲ ਜਾਣਾ। ਉਹ ਬੀਬੀ ਤੂੰ ਅਜੇ ਕਿਤੇ ਨੀ ਜਾਂਦੀ, ਧਰਮਰਾਜ ਕੋਲੋਂ ਤੇਰੇ ਨਾਂ ਦਾ ਪਰਚਾ ਖੋ ਗਿਆ। ਮਨਿੰਦਰ ਨੇ ਆਪਣੀ ਦਾਦੀ ਨੂੰ ਮਸ਼ਕਰੀ ਕਰਦੇ ਕਿਹਾ ਅੱਛਾ ਮੈਂ ਆੜਤੀਏ ਕੋਲ ਜਾ ਕੇ ਆਉਂਨਾ। ਮਨਿੰਦਰ ਨੇ ਇੰਨਾ ਕਹਿ ਕੇ ਆਹ ਵਿਆਹ ਵਾਲੀਆਂ ਗੱਲਾਂ ਤੋਂ ਖਹਿੜਾ ਛੁਡਾਉਂਦੇ ਹੋਏ ਕਿਹਾ।
ਮਨਿੰਦਰ ਤੇ ਅਰਸ਼ ਵਿਚਾਲੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਪਰ ਅਜੇ ਦੋਵੇਂ ਇੱਕ ਦੂਜੇ ਦੇ ਰੂਬਰੂ ਨਹੀਂ ਹੋਏ ਸਨ। ਬੜੇ ਚਿਰਾਂ ਤੋਂ ਕਨਵੈਂਸ ਕਰਨ ਮਗਰੋਂ ਮਨਿੰਦਰ ਨੇ ਅਰਸ਼ ਨੂੰ ਮੁਲਾਕਾਤ ਲਈ ਮਨਾ ਲਿਆ। ਅੱਜ ਅਰਸ਼ ਮਨਿੰਦਰ ਦਾ ਗਿਫਟ ਕੀਤਾ ਰੈੱਡ ਸੂਟ ਪਾ ਕੇ ਉਹਨੂੰ ਮਿਲਣ ਆਈ ਤੇ ਮਨਿੰਦਰ ਨੇ ਵੀ ਹਲਕੇ ਅਸਮਾਨੀ ਕਲਰ ਦੀ ਸ਼ਰਟ ਦੇ ਨਾਲ ਬਲੈਕ ਪੈਂਟ ਪਾਈ। ਅਰਸ਼ ਨੇ ਅੱਜ ਦਫ਼ਤਰੋਂ ਛੁੱਟੀ ਲੈ ਕੇ ਦੱਸੀ ਹੋਈ ਜਗ੍ਹਾ ਤੇ ਪਹੁੰਚ ਗਈ। ਮਨਿੰਦਰ ਉੱਥੇ ਪਹਿਲਾਂ ਹੀ ਆਪਣੀ ਫੋਰਚੂਨਰ ਗੱਡੀ ਲੈ ਕੇ ਖੜਾ ਸੀ। ਕਾਲੀਆਂ ਐਨਕਾਂ ਲਾਈ ਉਹ ਗੱਡੀ 'ਚ ਬੈਠਾ ਸੀ। ਅਰਸ਼ ਦਾ ਦਿਲ ਜ਼ੋਰ ਜ਼ੋਰ ਧੜਕ ਰਿਹਾ ਸੀ। ਭਲੇ ਹੀ ਉਸ ਨੂੰ ਮਨਿੰਦਰ ਨਾਲ ਗੱਲ ਕਰਦਿਆਂ ਕਾਫੀ ਵਕਤ ਹੋ ਗਿਆ ਸੀ, ਪਰ ਫੇਰ ਵੀ ਦਿਮਾਗ ਦੇ ਕਿਸੇ ਕੋਨੇ 'ਚ ਡਰ ਮੌਜੂਦ ਸੀ ਕਿ ਕਿਧਰੇ ਕੁਝ ਗਲਤ ਹੋ ਗਿਆ ਤਾਂ ਕਿਸੇ ਅਜਨਬੀ ਤੇ ਇੰਨਾ ਭਰੋਸਾ ਕਰਨਾ ਜਾਇਜ਼ ਨਹੀਂ। ਪਰ ਇਸੇ ਕਸ਼ਮਕਸ਼ 'ਚ ਉਹ ਰਿਸਕ ਲੈ ਕੇ ਗੱਡੀ 'ਚ ਬੈਠ ਗਈ। ਇਹ ਪਹਿਲੀ ਵਾਰੀ ਸੀ ਜਦੋਂ ਮਨਿੰਦਰ ਨੇ ਅਰਸ਼ ਨੂੰ ਇੰਨੀ ਨੇੜਿਓਂ ਤੱਕਿਆ ਸੀ। ਅੱਜ ਰੈੱਡ ਸੂਟ 'ਚ ਅਰਸ਼ ਉਸ ਨੂੰ ਬੜੀ ਪਿਆਰੀ ਲੱਗੀ। ਮਨਿੰਦਰ, ਕੀ ਹਾਲ ਹੈ ਤੁਹਾਡਾ, ਬਹੁਤ ਪਿਆਰੇ ਲੱਗ ਰਹੇ ਹੋ। ਅਰਸ਼ ਜੀ, ਸ਼ੁਕਰੀਆ, ਮੈਂ ਬਿਲਕੁਲ ਠੀਕ, ਤੁਸੀਂ ਦੱਸੋ। ਮਨਿੰਦਰ, ਤੁਹਾਨੂੰ ਦੇਖ ਕੇ ਹੋਰ ਵਧੀਆ ਹੋ ਗਿਆ। ਅਰਸ਼, ਅੱਛਾ ਜੀ। ਮਨਿੰਦਰ, ਬਹੁਤ ਤੜਫਾਇਆ ਤੁਸੀਂ ਮੈਨੂੰ। ਅਰਸ਼, ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਮਨਿੰਦਰ, ਅੱਛਾ ਦੱਸੋ ਕਿੱਥੇ ਚੱਲੀਏ। ਅਰਸ਼, ਤੁਹਾਡੀ ਮਰਜ਼ੀ। ਮਨਿੰਦਰ, ਅੱਛਾ ਜੀ, ਇੰਨੀ ਖੁੱਲ੍ਹ ਦੇ ਦਿੱਤੀ ਮੈਨੂੰ, ਫੇਰ ਤਾਂ ਤੁਹਾਨੂੰ ਮੈਂ ਆਪਣੀ ਫੇਵਰੇਟ ਜਗ੍ਹਾ ਤੇ ਲੈ ਕੇ ਚੱਲਦਾ। ਅਰਸ਼ ਬਿਨਾਂ ਕੁਝ ਕਹੇ ਮੁਸਕਰਾਉਂਦੀ ਹੈ। ਮੇਰੇ ਰਸ਼ਕੇ ਕਮਰ ਤੂਨੇ ਪਹਿਲੀ ਨਜ਼ਰ ਮੇਰੀ ਨਜ਼ਰ ਸੇ ਮਿਲਾਈ, ਮਜ਼ਾ ਆ ਗਿਆ। ਗੱਡੀ 'ਚ ਗਾਣਾ ਵੱਜ ਰਿਹਾ ਸੀ। ਅਰਸ਼, ਗਾਣਾ ਵਧੀਆ। ਮਨਿੰਦਰ, ਨੁਸਰਤ ਜੀ ਦਾ ਏ, ਮੈਂ ਉਹਨਾਂ ਦੇ ਹੀ ਜ਼ਿਆਦਾ ਪਸੰਦ ਕਰਦਾ। ਅਰਸ਼, ਮੈਨੂੰ ਵੀ ਪਸੰਦ ਆ, ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਉਹਨਾਂ ਦੇ ਗਾਣੇ ਸੁਣ ਕੇ। ਗੱਡੀ ਸੜਕਾਂ 'ਤੇ ਮਿਲਦੀ ਜਾ ਰਹੀ ਸੀ, ਫਿਰ ਇੱਕ ਸੁੰਨੀ ਜਿਹੀ ਜਗ੍ਹਾ 'ਤੇ ਖੇਤਾਂ ਦੇ ਵਿਚਾਲੇ ਆ ਕੇ ਗੱਡੀ ਰੁਕ ਗਈ। ਅਰਸ਼, ਇਹ ਆਪਾਂ ਕਿੱਥੇ ਆ ਗਏ? ਮਨਿੰਦਰ, ਘਬਰਾਓ ਨਾ, ਡਰਨ ਵਾਲੀ ਕੋਈ ਗੱਲ ਨਹੀਂ, ਸੇਫ ਜਗ੍ਹਾ ਏ, ਇੱਥੇ ਕੋਈ ਨਹੀਂ ਦੇਖਦਾ। ਅਰਸ਼, ਕੋਈ ਦੇਖਦਾ ਨਹੀਂ ਮਤਲਬ? ਅਰਸ਼ ਨੂੰ ਇਹ ਗੱਲ ਸੁਣ ਕੇ ਤਰੇਲੀਆਂ ਆਉਣ ਲੱਗ ਪਈਆਂ। ਉਹ ਮਨ ਹੀ ਮਨ ਵਿੱਚ ਸੋਚ ਰਹੀ ਸੀ, ਕਿਤੇ ਮਨਿੰਦਰ ਕੁਝ ਗਲਤ ਤਾਂ ਨਹੀਂ ਕਰੇਗਾ ਉਸ ਨਾਲ। ਮਨਿੰਦਰ, ਮਤਲਬ ਇਹ ਕਿ ਇਹ ਬਹੁਤ ਸੇਫ ਜਗ੍ਹਾ ਏ। ਮਨਿੰਦਰ ਨੇ ਗੱਡੀ ਰੋਕ ਦਿੱਤੀ ਤੇ ਪਿਆਰ ਭਰੀ ਨਜ਼ਰ ਨਾਲ ਅਰਸ਼ ਵੱਲ ਦੇਖਿਆ। ਅਰਸ਼ ਵੀ ਬੇਝਿਜਕ ਹੋ ਕੇ ਮਨਿੰਦਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਰਹੀ ਸੀ। ਇਹ ਪਹਿਲੀ ਵਾਰ ਸੀ ਜਦੋਂ ਅਰਸ਼ ਨੇ ਇੰਨਾ ਧਿਆਨ ਨਾਲ ਮਨਿੰਦਰ ਨੂੰ ਤੱਕਿਆ ਸੀ। ਉਸ ਨੂੰ ਸੱਚੀ ਮਨਿੰਦਰ ਬਹੁਤ ਸੋਹਣਾ ਲੱਗਿਆ। ਮਨਿੰਦਰ ਗੱਡੀ 'ਚੋਂ ਉਤਰਿਆ। ਅਰਸ਼ ਵੱਲ ਇਸ਼ਾਰਾ ਕਰਦੇ ਹੋਏ ਉਹਨੇ ਅਰਸ਼ ਨੂੰ ਅੰਦਰ ਜਾਣ ਲਈ ਕਿਹਾ। ਮਨਿੰਦਰ, ਆਓ ਅੰਦਰ ਚੱਲੀਏ। ਅਰਸ਼ ਬੜੀ ਹੈਰਾਨੀ ਨਾਲ ਚੁਫੇਰਿਓਂ ਦੇਖ ਰਹੀ ਸੀ। ਕੋਈ ਫਾਰਮ ਹਾਊਸ ਵਰਗੀ ਜਗ੍ਹਾ ਲੱਗਦੀ ਸੀ। ਅਰਸ਼ ਨੂੰ ਬਿਲਕੁਲ ਫਿਲਮੀ ਸੀਨ ਜਿਹਾ ਲੱਗਦਾ ਸੀ। ਉਹ ਵੱਡੇ ਸਾਰੇ ਕਮਰੇ ਨੂੰ ਬੜੀ ਗੌਰ ਨਾਲ ਦੇਖ ਰਹੀ ਸੀ। ਸਾਹਮਣੇ ਕੰਧ 'ਤੇ ਇੱਕ ਵੱਡੀ ਸਾਰੀ ਬੰਦੂਕ ਟੰਗੀ ਹੋਈ ਸੀ ਤੇ ਦੂਜੇ ਪਾਸੇ ਇੱਕ ਪੇਂਟਿੰਗ। ਪੇਂਟਿੰਗ ਬਹੁਤ ਸੋਹਣੀ ਸੀ, ਪਰ ਉਸਦੀ ਸਿੱਧ ਪੁੱਠ ਪਤਾ ਨਹੀਂ ਲੱਗ ਰਹੀ ਸੀ। ਮਨਿੰਦਰ, ਮੈਂ ਜਦੋਂ ਵੀ ਫੁਰਸਤ 'ਚ ਹੁੰਦਾ ਤਾਂ ਇੱਥੇ ਆ ਜਾਂਦਾ। ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ। ਇਹ ਮੇਰਾ ਛੋਟਾ ਜਿਹਾ ਫਾਰਮ ਹਾਊਸ ਹੈ। ਅਰਸ਼, ਕਾਫੀ ਵਧੀਆ ਮੇਨਟੇਨ ਕੀਤਾ ਹੋਇਆ। ਇਹ ਬੰਦੂਕ ਸ਼ਿਕਾਰ ਲਈ ਰੱਖੀ ਹੋਈ ਹੈ? ਮਨਿੰਦਰ ਹੱਸ ਪਿਆ। ਮਨਿੰਦਰ, ਨਹੀਂ ਨਹੀਂ, ਇਹ ਤਾਂ ਵੈਸੇ ਹੀ ਪ੍ਰਭਾਵ ਪਾਉਣ ਨੂੰ ਟੰਗੀ ਹੋਈ ਹੈ। ਇੱਥੇ ਕਿਹੜਾ ਸ਼ੇਰ ਚੀਤੇ ਘੁੰਮਦੇ ਆ? ਤੁਹਾਨੂੰ ਭੁੱਖ ਲੱਗੀ ਹੋਣੀ ਹੈ। ਅਰਸ਼, ਨਹੀਂ ਨਹੀਂ, ਬਸ ਚਾਹ ਮਿਲ ਜਾਂਦੀ ਤਾਂ। ਮਨਿੰਦਰ
ਹਾਂ, ਚਾਹ ਤਾਂ ਆਪ ਹੀ ਬਣਾਉਣੀ ਪੈਣੀ ਐ। ਅੰਦਰ ਕਿਚਨ ਐ ਤੇ ਆ ਜੋ ਚੱਲਦੇ ਆ। ਅਰਸ਼ ਮਨਿੰਦਰ ਦੇ ਪਿੱਛੇ ਪਿੱਛੇ ਤੁਰ ਪੈਂਦੀ ਐ। ਮਨਿੰਦਰ ਕਿਚਨ 'ਚ ਜਾ ਕੇ ਚਾਹ ਬਣਾਉਣ ਲੱਗਦਾ ਏ। ਅਰਸ਼ ਲਿਆਓ, ਮੈਂ ਬਣਾਉਂਦੀ ਆ। ਮਨਿੰਦਰ ਨਹੀਂ, ਅੱਜ ਤੁਸੀਂ ਮੇਰੇ ਮਹਿਮਾਨ ਹੋ, ਤੁਹਾਨੂੰ ਵੀ ਮੌਕਾ ਦੇਵਾਂਗੇ, ਉਦੋਂ ਤੁਸੀਂ ਬਣਾ ਲਿਓ। ਅਰਸ਼ ਹੱਸ ਪਈ। ਮਨਿੰਦਰ ਤੇ ਅਰਸ਼ ਦੋਵੇਂ ਹੱਸ ਪੈਂਦੇ ਨੇ। ਚਾਹ ਦੇ ਨਾਲ ਗੱਲਾਂ ਸ਼ੁਰੂ ਹੁੰਦੀਆਂ ਨੇ। ਚਾਹ ਮੁੱਕ ਜਾਂਦੀ ਹੈ ਪਰ ਗੱਲਾਂ ਨਹੀਂ ਮੁੱਕਦੀਆਂ। ਇਸ ਤਰ੍ਹਾਂ ਦੋਵੇਂ ਹੀ ਇੱਕ ਦੂਜੇ ਬਾਰੇ ਜਾਣਨ ਲਈ ਕਾਹਲੇ ਹੁੰਦੇ ਨੇ। ਉਹਨਾਂ ਨੇ ਹਰ ਇੱਕ ਗੱਲ ਦਾ ਜ਼ਿਕਰ ਕੀਤਾ ਜੋ ਉਹਨਾਂ ਦੇ ਦਰਮਿਆਨ ਫੋਨ ਤੇ ਹੋਈ। ਮਨਿੰਦਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਅਰਸ਼ ਨੂੰ ਸਮੇਂ ਨਾਲ ਘਰ ਪਹੁੰਚਾ ਦਿੱਤਾ। ਇਸ ਤਰ੍ਹਾਂ ਅੱਜ ਦੀ ਪਹਿਲੀ ਮੁਲਾਕਾਤ ਅਰਸ਼ ਤੇ ਮਨਿੰਦਰ ਵਿੱਚ ਦੋਵਾਂ ਲਈ ਵਧੀਆ ਰਹੀ। ਪਹਿਲੀ ਮੁਲਾਕਾਤ ਮਗਰੋਂ ਅਰਸ਼ ਦੇ ਮਨ 'ਚੋਂ ਮਨਿੰਦਰ ਪ੍ਰਤੀ ਡਰ ਨਿਕਲ ਗਿਆ ਸੀ। ਹੁਣ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਹੁਣ ਅਰਸ਼ ਦੇ ਲਈ ਮਨਿੰਦਰ ਨੂੰ ਮਿਲਣਾ ਕੋਈ ਵੱਡਾ ਜੋਖਮ ਵਾਲਾ ਕੰਮ ਨਹੀਂ ਲੱਗਦਾ ਸੀ। ਉਸ ਨੂੰ ਮਨਿੰਦਰ ਦੀ ਕੰਪਨੀ ਕਰਨਾ ਵਧੀਆ ਲੱਗਣ ਲੱਗ ਪਿਆ। ਸਗੋਂ ਦਿਲ 'ਚ ਇੱਕ ਅਜੀਬ ਤਰ੍ਹਾਂ ਦੀ ਖੁਸ਼ੀ ਕੁੱਦਣ ਲੱਗਦੀ। ਇਹਨਾਂ ਸਭ ਗੱਲਾਂ ਤੋਂ ਵਧੀਆ ਗੱਲ ਉਹਨੂੰ ਇਹ ਲੱਗੀ ਕਿ ਅਜੇ ਤੱਕ ਮਨਿੰਦਰ ਨੇ ਉਸ ਨੂੰ ਛੂਹਿਆ ਤੱਕ ਨਹੀਂ ਸੀ। ਉਹ ਮਿਲਦੇ, ਗੱਲਾਂ ਕਰਦੇ ਤੇ ਬਸ ਘੰਟਿਆਂ ਬੰਦੀ ਗੱਲਾਂ ਕਰੀ ਜਾਂਦੇ। ਅਰਸ਼ ਦੇ ਅੰਦਰ ਜਿੰਨਾ ਗੁਬਾਰ ਭਰਿਆ ਸੀ ਉਹ ਸਾਰਾ ਨਿਕਲ ਗਿਆ। ਹੁਣ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਵਧੇਰੇ ਤਰੋ ਤਾਜ਼ਾ ਮਹਿਸੂਸ ਕਰਦੀ, ਜਾਂ ਇਹ ਕਹਿ ਲਵੋ ਕਿ ਉਹਦੇ ਨਾਲ ਗੱਲਾਂ ਕਰਨ ਵਾਲਾ ਕੋਈ, ਉਹਨੂੰ ਸਮਝਣ ਵਾਲਾ, ਉਹਦੀ ਰੂਹ ਨੂੰ ਪਿਆਰ ਕਰਨ ਵਾਲਾ ਕੋਈ ਟੱਕਰ ਗਿਆ ਸੀ। ਇਹਨਾਂ ਦਿਨਾਂ ਵਿੱਚ ਹੀ ਅਰਸ਼ ਦੇ ਪਤੀ ਸੁਖਜੀਤ ਦਾ ਕੋਈ ਬਿਜ਼ਨਸ ਟੂਰ ਨਿਕਲ ਆਇਆ। ਸੁਖਜੀਤ, ਅਰਸ਼ੂ ਮੇਰੀ ਪੈਕਿੰਗ ਕਰ ਦੇਈ, ਮੈਂ ਅੱਜ ਦਿੱਲੀ ਜਾਣਾ ਰਾਤ ਦੀ ਟ੍ਰੇਨ ਤੋਂ। ਅਰਸ਼, ਪਰ ਤੁਸੀਂ ਅਚਾਨਕ ਮੈਨੂੰ ਤਾਂ ਦੱਸਿਆ ਨਹੀਂ। ਸੁਖਜੀਤ, ਅੱਛਾ ਤੈਨੂੰ ਦੱਸਿਆ ਨਹੀਂ? ਨਹੀਂ ਨਹੀਂ ਮੈਂ ਦੱਸਿਆ, ਤੂੰ ਭੁੱਲ ਰਹੀ ਹੈ। ਅਰਸ਼, ਨਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਤੁਸੀਂ ਮੈਨੂੰ ਨਹੀਂ ਦੱਸਿਆ, ਤੁਸੀਂ ਉੱਧਰ ਮੰਮੀ ਹੋਣਾ ਨੂੰ ਦੱਸਿਆ ਹੋਣਾ ਹੈ। ਸੁਖਜੀਤ, ਚੱਲ ਹੁਣ ਦੱਸ ਦਿੰਦਾ ਹੈ, ਕੀ ਫਰਕ ਪੈਂਦਾ? ਅਰਸ਼, ਕੀ ਫਰਕ ਪੈਂਦਾ? ਫਰਕ ਪੈਣ ਵਾਲਾ ਸਮਾਂ ਤਾਂ ਬੀਤ ਚੁੱਕਿਆ ਏ। ਅਰਸ਼ ਨੇ ਇੱਕ ਹੌਕਾ ਜਿਹਾ ਲਿਆ ਤੇ ਸਮਾਨ ਪੈਕ ਕਰਨ ਲੱਗਦੀ ਹੈ। ਯੂਵੀ, ਪਾਪਾ ਮੇਰੇ ਲਈ ਰਿਮੋਟ ਵਾਲੀ ਕਾਰ ਲੈ ਕੇ ਆਇਓ। ਸੁਖਜੀਤ, ਹਾਂ ਪੁੱਤ ਜ਼ਰੂਰ ਲੈ ਕੇ ਆਵਾਂਗਾ। ਅੱਛਾ, ਮੰਮਾ ਨੂੰ ਤੰਗ ਨਹੀਂ ਕਰਨਾ, ਹੋਮਵਰਕ ਟਾਈਮ ਸਿਰ ਕਰ ਲਵੀਂ ਤੇ ਮੰਮਾ ਨੂੰ ਤੰਗ ਨਾ ਕਰੀ। ਯੂਵੀ, ਠੀਕ ਹੈ ਪਾਪਾ। ਅਰਸ਼ ਸੁਖਜੀਤ ਦੀ ਪੈਕਿੰਗ ਕਰਕੇ ਰਾਤ ਦੀ ਰੋਟੀ ਵੀ ਪੈਕ ਕਰ ਦਿੰਦੀ ਹੈ। ਸੁਖਜੀਤ, ਅੱਛਾ ਅਰਸ਼ੂ ਧਿਆਨ ਰੱਖੀ ਆਪਣਾ, ਮੈਂ ਫੋਨ ਕਰਦਾ ਰਹੂੰਗਾ, ਤੂੰ ਐਂ ਕਰੀ ਉੱਧਰੋਂ ਮੰਮੀ ਵੱਲੋਂ ਕਿਸੇ ਨੂੰ ਬੁਲਾ ਲਵੀ, ਨਹੀਂ ਤਾਂ ਮੈਨੂੰ ਫਿਕਰ ਰਹੇਗੀ। ਅਰਸ਼, ਨਹੀਂ ਮੈਂ ਠੀਕ ਹਾਂ, ਮੈਂ ਡਰਪੋਕ ਨਹੀਂ ਰਹਿ ਲਵਾਂਗੀ। ਸੁਖਜੀਤ ਹਫ਼ਤੇ ਦੇ ਟੂਰ ਲਈ ਘਰੋਂ ਨਿਕਲ ਜਾਂਦਾ। ਬੰਦਾ ਜਦੋਂ ਪਿਆਰ ਵਿੱਚ ਹੁੰਦਾ ਤਾਂ ਇਕਾਂਤ ਭਾਲਦਾ ਏ, ਇਕੱਲੇ ਰਹਿਣਾ ਉਸਨੂੰ ਚੰਗਾ ਲੱਗਦਾ ਏ। ਅਰਸ਼ ਦੀ ਹਾਲਤ ਵੀ ਕੁਝ ਇਸੇ ਤਰ੍ਹਾਂ ਦੀ ਸੀ। ਹੁਣ ਉਸਨੂੰ ਫੋਨ ਵਾਈਬ ਤੇ ਲਾਉਣ ਦੀ ਲੋੜ ਨਹੀਂ ਸੀ, ਕੋਈ ਬੰਦਿਸ਼ ਵੀ ਨਹੀਂ ਸੀ। ਜਿਹੜੇ ਮਰਜ਼ੀ ਵਕਤ ਉਹ ਮਨਿੰਦਰ ਨਾਲ ਗੱਲ ਕਰ ਸਕਦੀ ਸੀ। ਉਧਰ ਮਨਿੰਦਰ ਨੂੰ ਤਾਂ ਪਹਿਲਾਂ ਹੀ ਕੋਈ ਬੰਦਿਸ਼ ਨਹੀਂ ਸੀ, ਉਹ ਆਪਣੀ ਸਲਤਨਤ ਦਾ ਖੁਦ ਰਾਜਾ ਸੀ। ਪਰ ਅਰਸ਼ ਦੇ ਪਾਬੰਦੀਆਂ 'ਚ ਹੋਣ ਕਾਰਨ ਉਹ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਸੀ। ਪਰ ਹੁਣ ਦੋਵੇਂ ਆਜ਼ਾਦ ਪੰਛੀ ਬਣ ਗਏ। ਇੱਕ ਤਰਫਾ ਉਹਨਾਂ ਨੂੰ ਮਿਲ ਗਿਆ ਸੀ, ਪਰ ਅਰਸ਼ੂ ਦੀ ਇਹ ਆਜ਼ਾਦੀ ਬਹੁਤੀ ਦੇਰ ਤੱਕ ਨਹੀਂ ਚੱਲੀ, ਕਿਉਂਕਿ ਉਸਦੇ ਘਰ ਰਹਿਣ ਉਸਦਾ ਦਿਓਰ ਆ ਗਿਆ ਸੀ, ਹਰਮਨ। ਸਤਿ ਸ਼੍ਰੀ ਅਕਾਲ ਭਾਬੀ ਜੀ। ਹਰਸ਼, ਹਰਮਨ ਤੂੰ ਇੱਥੇ? ਅਰਸ਼ ਨੇ ਬੜੀ ਹੈਰਾਨੀ ਨਾਲ ਪੁੱਛਿਆ। ਹਰਮਨ,
ਹਾਂਜੀ ਮੰਮੀ ਨੇ ਭੇਜਿਆ, ਕਹਿੰਦੇ ਜਦੋਂ ਤੱਕ ਸੁਖਜੀਤ ਵੀਰਾ ਨਹੀਂ ਆ ਜਾਂਦਾ ਤੂੰ ਰਹਿ ਆ ਥੋੜੇ ਦਿਨ, ਮੈਂ ਤੁਹਾਡੀ ਸੇਫਟੀ ਲਈ ਆਇਆ। ਹਰਮਨ ਨੇ ਸਾਹਮਣੇ ਪਏ ਸੋਫੇ ਤੇ ਲੇਟਦਿਆਂ ਕਿਹਾ, ਅਰਸ਼ ਨਹੀਂ ਸੇਫ ਹੈ ਏਰੀਆ, ਕਲੋਨੀ ਵਧੀਆ, ਬਾਹਰ ਗਾਰਡ ਦੀ ਡਿਊਟੀ ਹੈ। ਹਰਮਨ, ਮੈਂ ਕਿਹਾ ਚਲੋ ਥੋੜੇ ਦਿਨ ਭਾਬੀ ਨਾਲ ਵੀ ਰਹਿ ਕੇ ਦੇਖ ਲਈਏ। ਹਰਮਨ ਨੇ ਮੂੰਹ 'ਚ ਗੁਣ ਗਣਾਉਂਦਿਆਂ ਕਿਹਾ, ਅਰਸ਼ ਤੂੰ ਕੁਝ ਕਿਹਾ? ਹਰਮਨ, ਨਹੀਂ, ਹਾਂ ਸੱਚ ਭੁੱਖ ਬੜੀ ਲੱਗੀ ਹੈ, ਕੁਝ ਬਣਾ ਹੀ ਦਿਓ। ਯੂਵੀ ਕਿੱਥੇ ਹੈ? ਅਰਸ਼ ਇੱਥੇ ਬਾਹਰ ਹੀ ਖੇਡ ਰਿਹਾ। ਇੰਨਾ ਕਹਿ ਕੇ ਅਰਸ਼ ਰਸੋਈ ਵੱਲ ਚਲੀ ਜਾਂਦੀ ਹੈ। ਉਸ ਨੂੰ ਸੁਖਜੀਤ ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਉਸ ਨੂੰ ਪਤਾ ਸੀ ਕਿ ਹਰਮਨ ਨੂੰ ਸੁਖਜੀਤ ਨਹੀਂ ਭੇਜਿਆ। ਅਰਸ਼ ਨੂੰ ਹਰਮਨ ਦਾ ਆਉਣਾ ਬਿਲਕੁਲ ਚੰਗਾ ਨਹੀਂ ਲੱਗਿਆ। ਉਹ ਪਹਿਲਾਂ ਵੀ ਹਰਮਨ ਨੂੰ ਘੱਟ ਹੀ ਪਸੰਦ ਕਰਦੀ ਹੈ, ਕਿਉਂਕਿ ਉਹ ਗੱਲਾਂ ਗੱਲਾਂ 'ਚ ਹੋਰ ਬੜਾ ਕੁਝ ਕਹਿ ਜਾਂਦਾ। ਹਰਮਨ ਕਾਲਜ ਪੜ੍ਹਦਾ ਇੱਕ ਸ਼ਰਾਰਤੀ ਜਿਹੇ ਸੁਭਾਅ ਵਾਲਾ ਮੁੰਡਾ ਏ, ਉਸ ਦੇ ਲਈ ਐਸ਼ ਹੀ ਸਭ ਕੁਝ ਹੈ, ਇਹੀ ਉਸ ਦੀ ਜ਼ਿੰਦਗੀ ਦਾ ਮੋਟੋ ਹੈ। ਅਗਲੇ ਦਿਨ ਹਰਮਨ ਕਾਲਜ ਚਲਾ ਗਿਆ ਅਤੇ ਜਾਂਦਾ ਜਾਂਦਾ ਯੂਵੀ ਨੂੰ ਸਕੂਲ ਛੱਡ ਗਿਆ। ਯੂਵੀ ਦਾ ਅੱਜ ਪੇਪਰ ਵੀ ਸੀ ਪਰ ਅਰਸ਼ ਅਜੇ ਵੀ ਘਰ ਹੀ ਸੀ। ਅੱਜ ਉਸਨੇ ਮਨਿੰਦਰ ਨੂੰ ਮਿਲਣਾ ਸੀ। ਦਫ਼ਤਰੋਂ ਛੁੱਟੀ ਲੈ ਕੇ ਉਹ ਦੱਸੀ ਗਈ ਜਗ੍ਹਾ 'ਤੇ ਪਹੁੰਚ ਗਈ ਪਰ ਅੱਜ ਇੱਕ ਅਜੀਬ ਜਿਹੇ ਹੌਲ ਅਰਸ਼ ਦੇ ਅੰਦਰ ਪੈ ਰਹੇ ਸੀ, ਪਤਾ ਨਹੀਂ ਕਿਉਂ। ਉਹ ਮਨਿੰਦਰ ਨਾਲ ਹਰਮਨ ਬਾਰੇ ਗੱਲਾਂ ਕਰ ਰਹੀ ਸੀ ਅਤੇ ਹੋਰ ਵੀ ਛੋਟੀਆਂ ਛੋਟੀਆਂ ਗੱਲਾਂ, ਪਰ ਅੱਜ ਮਨਿੰਦਰ ਨੇ ਉਸਦੀ ਕਿਸੇ ਗੱਲ ਦਾ ਕੋਈ ਚੰਗੀ ਤਰ੍ਹਾਂ ਹੁੰਗਾਰਾ ਨਹੀਂ ਦਿੱਤਾ, ਜਿਵੇਂ ਉਸਦੇ ਦਿਮਾਗ 'ਚ ਕੁਝ ਹੋਰ ਹੀ ਚੱਲ ਰਿਹਾ ਸੀ। ਅਰਸ਼ ਨੂੰ ਸਮਝ ਨਹੀਂ ਲੱਗ ਰਹੀ ਸੀ, ਉਸ ਨੂੰ ਅੱਜ ਮਨਿੰਦਰ ਦਾ ਅਕਸ ਧੁੰਦਲਾ ਜਿਹਾ ਦਿਖਾਈ ਦੇ ਰਿਹਾ ਸੀ। ਇਸ ਕਹਾਣੀ ਦਾ ਅਗਲਾ ਅਤੇ ਆਖਰੀ ਭਾਗ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਮੈਂਟ ਬਾਕਸ ਵਿੱਚ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਤੁਹਾਡਾ ਧੰਨਵਾਦ।